ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਆਦਿ ਗੁਰੇ ਨਮਹਿਮ, ਜੁਆਦਿ ਗੁਰੇ ਨਮਹਿਮ, ਸਤਿਗੁਰੇ ਨਮਹਿਮ, ਸ੍ਰੀ ਗੁਰਦੇਵੇ ਨਮਹਿਮ, ਡੰਡੌਤ ਬੰਦਨਾਨਕ ਬਾਰ ਸਰਵ ਕਲਾ ਸਮਰੱਥ, ਡੋਲਨ 'ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਜਿਉਂ ਬਲਾਵ ਹੈ ਤਿਉਂ ਬੋਲ ਹੈ ਸੁਆਮੀ, ਕੁਦਰਤ ਕਮਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਅੱਜ ਧੰਨ ਗੁਰੂ ਨਾਨਕ ਪਾਤਸ਼ਾਹ ਵਾਲੀ ਕਿਰਪਾ ਹੋਈ ਹੈ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ, ਉਹ ਜਿੱਥੇ ਵੀ ਜਾਂਦੇ ਸੀ ਅਤੇ ਜੰਗਲਾਂ ਦੇ ਵਿੱਚ ਇਸ ਤਰ੍ਹਾਂ ਝੌਂਪੜੀ ਬਣਾ ਕੇ, ਇਸ ਤਰ੍ਹਾਂ ਗੁਰੂ ਸਾਹਿਬ ਵਾਸਤੇ ਬਣਾ ਕੇ ਜਗ੍ਹਾ, ਅਤੇ ਫਿਰ ਕਥਾ ਕੀਰਤਨ ਕਰਦੇ ਸੀ ਕੱਖਾਂ ਦੇ ਨਾਲ, ਪੱਲੀਆਂ ਦੇ ਨਾਲ ਜਗ੍ਹਾ ਬਣਾਉਣੀ, ਗੁਰੂ ਸਾਹਿਬ ਦਾ ਸਥਾਨ ਬਣਾਉਣਾ ਅਤੇ ਭਗਤੀ ਕਰਨੀ। ਅੱਜ ਇੱਥੇ ਆਪਾਂ ਸਾਰਿਆਂ ਨੇ ਇਹਨਾਂ ਨੂੰ ਕਿਹਾ ਵੀ ਇੱਥੇ ਠਾਠ ਬਣਾਓ ਨਾਨਕਸਰ ਦਾ, ਘਰ ਦੇ ਵਿੱਚ। ਇਹ ਹੁਣ ਬਣ ਗਿਆ ਠਾਠ ਨਾਨਕਸਰ ਦਾ। ਮਹਾਂਪੁਰਸ਼ ਲਕੀਰਾਂ ਪਾ ਕੇ ਪਾ ਦਿੰਦੇ ਆ। ਪੁੱਛੋ ਵਾਲੇ ਮਹਾਰਾਜ ਜੀ ਦੇ ਕੋਲ ਮਹਾਰਾਜਾ ਪਟਿਆਲਾ, ਉਹਦੀ ਭਾਵਨਾ ਨਹੀਂ ਸੀ। ਉਹਨਾਂ ਦਾ ਵਜ਼ੀਰ ਸੀ, ਉਹਦੀ ਬਹੁਤ ਭਾਵਨਾ ਸੀ। ਵਜ਼ੀਰ ਕਹਿੰਦਾ ਮਹਾਰਾਜ ਵੀ ਚੱਲੋ, ਸੰਤਾਂ ਦੇ ਦਰਸ਼ਨ ਕਰੋ, ਬੜੀ ਕਰਨੀ ਵਾਲੇ ਮਹਾਂਪੁਰਖ ਨੇ। ਕਹਿੰਦਾ ਚੱਲ, ਤੇਰੇ ਕਹਿ 'ਤੇ ਚੱਲਦੇ ਹਾਂ। ਅੱਗੇ ਮਹਾਂਪੁਰਸ਼ ਲਕੀਰਾਂ ਮਾਰਦੇ ਪਏ ਨੇ ਜ਼ਮੀਨ 'ਤੇ, ਅਤੇ ਜਾ ਕੇ ਵਜ਼ੀਰ ਨੇ ਪੁੱਛਿਆ, ਮਹਾਰਾਜ ਇਹ ਲਕੀਰਾਂ ਕਾਹਦੀਆਂ ਮਾਰਦੇ ਜੇ? ਕਹਿੰਦੇ ਭਾਈ, ਇਹ ਦਰਗਾਹੀ ਕੋਠੀਆਂ ਬਣਾ ਰਹੇ ਹਾਂ। ਕਾਹਦੇ ਵਾਸਤੇ? ਕਹਿੰਦੇ ਸੰਸਾਰੀ ਜੀਵਾਂ ਦੇ ਵਾਸਤੇ। ਅਤੇ ਮਹਾਰਾਜ ਫਿਰ ਇਹ ਦਿੰਦੇ ਕਿਵੇਂ ਹੋ? ਬਾਬਾ ਜੀ ਕਹਿੰਦੇ ਇਹਨਾਂ ਦੀ ਭੇਟ ਹੈ। ਇੱਕ ਤਾਂ ਜਿਹੜੀ ਤਿੰਨ ਨਕਸ਼ੇ ਬਣਾਏ ਸੀ ਉਹਨਾਂ ਲਕੀਰਾਂ ਮਾਰ ਕੇ, ਕਹਿੰਦੇ ਇੱਕ ਕੋਠੀ ਦੀ ਕੀਮਤ 5,000 ਹੈ, ਦੂਸਰੀ ਦੀ 10,000 ਹੈ, ਤੀਸਰੀ ਦੀ 15,000 ਹੈ। ਉਸ ਸਮੇਂ 5,000 ਬੜੀ ਵੱਡੀ ਚੀਜ਼ ਸੀ। ਬਾਬਾ ਜੀ ਵਜ਼ੀਰ ਕਹਿਣ ਲੱਗਾ, ਮਹਾਰਾਜ ਇਹ ਕੋਠੀ ਮੈਨੂੰ ਦੇ ਦਿਓ 5,000 ਦੀ। ਮਹਾਂਪੁਰਸ਼ਾਂ ਨੇ ਕਿਹਾ ਵੀ ਠੀਕ ਹੈ, ਇਹ 5,000 ਵਾਲੀ ਕੋਠੀ ਤੇਰੀ ਹੈ, ਇਹਦੀ ਭੇਟਾ ਤੂੰ ਦੇਣੀ। ਲੈਂਦੇ ਨਹੀਂ ਸੀ ਭੇਟਾ, ਹੁਕਮ ਕਰ ਦਿੰਦੇ ਸੀ ਵੀ ਇਸ ਥਾਂ 'ਤੇ ਦੇ ਦਿਓ, ਉਸ ਬੰਦੇ ਨੂੰ ਦੇ ਦਿਓ, ਇੱਧਰ ਲਾ ਦਿਓ, ਜਿੱਥੇ ਹੁਕਮ ਕਰਨਾ। ਵਜ਼ੀਰ ਨੇ 5,000 ਰੁਪਏ 'ਚ ਕੋਠੀ ਲੈ ਲਈ। ਰਾਜੇ ਦੇ ਚਿੱਤ ਵਿੱਚ ਆਇਆ, ਇਹ ਤਾਂ ਐਵੇਂ ਸੰਤਾਂ ਨੇ ਲਕੀਰਾਂ ਮਾਰੀਆਂ, ਵਜ਼ੀਰ ਨੂੰ ਠੱਗ ਲਿਆ। ਜਿਹੜੇ ਸੰਤ ਸਾਧ ਹੁੰਦੇ ਨੇ, ਭੋਲੇ ਭਾਲੇ ਲੋਕਾਂ ਨੂੰ ਠੱਗ ਲੈਂਦੇ ਆ। ਵਜ਼ੀਰ ਨੂੰ ਠੱਗ ਲਿਆ 5,000 ਰੁਪਈਆ ਦੇ ਕੇ।
ਇਹ ਸ਼ੰਕਾ ਆ ਗਿਆ। ਘਰ ਗਿਆ ਜਦੋਂ ਰਾਤ ਨੂੰ ਸੁੱਤਾ ਏ, ਸੁੱਤੇ ਪੈਣ ਨੂੰ ਰਾਤ ਨੂੰ ਜਮਦੂਤ ਲੈਣ ਆ ਗਏ, ਲੈ ਕੇ ਜਾ ਰਹੇ ਨੇ ਅਤੇ ਮਾਰਦੇ ਕੁੱਟਦੇ ਆ ਕਿ ਤੂੰ ਭਾਈ ਗੁਨਾਹ ਬਹੁਤ ਕੀਤੇ ਨੇ, ਪਾਪ ਬਹੁਤ ਕੀਤੇ ਆ ਅਤੇ ਤੈਨੂੰ ਸਜ਼ਾ ਦੇਣੀ, ਹੁਣ ਨਰਕਾਂ 'ਚ ਪਾਉਣਾ। ਜਦੋਂ ਲੰਘੇ ਰਸਤੇ ਦੇ ਵਿੱਚ ਕੋਠੀ ਬਣੀ ਹੋਈ ਏ ਅਤੇ ਵਜ਼ੀਰ ਦਾ ਉਹਦੇ 'ਤੇ ਨਾਂ ਲਿਖਿਆ, ਹੈਰਾਨ ਹੋ ਗਿਆ ਵੀ ਇਹ ਤਾਂ ਉਹੀ ਲਕੀਰਾਂ ਕੋਠੀ ਹੈ ਜਿਹੜੀ ਬਾਬਾ ਜੀ ਨੇ 5000 'ਚ ਵਜ਼ੀਰ ਨੂੰ ਦਿੱਤੀ ਸੀ। ਕਹਿਣ ਲੱਗਾ ਵੀ ਮੈਨੂੰ ਇੱਥੇ ਛੱਡ ਦਿਓ, ਇਹ ਮੇਰੇ ਵਜ਼ੀਰ ਦੀ ਕੋਠੀ। ਜਮਦੂਤ ਕਹਿੰਦੇ ਜਿੰਦੀ ਹੋਵੇ ਚੀਜ਼ ਉਸੇ ਨੂੰ ਮਿਲਦੀ, ਪੁੱਤਰ ਵਾਲੀ ਪਿਓ ਨੂੰ ਨਹੀਂ ਮਿਲਦੀ, ਵਜ਼ੀਰਾਂ ਵਾਲੀ ਰਾਜੇ ਨੂੰ ਨਹੀਂ ਮਿਲਦੀ। ਇਹਦਾ ਤੇਰੀ ਕੋਈ ਜਗ੍ਹਾ ਹੋਵੇ ਤਾਂ ਤੈਨੂੰ ਅਸੀਂ ਉੱਥੇ ਛੱਡ ਦਿਆਂਗੇ, ਪਰ ਤੇਰੀ ਕੋਈ ਦਰਗਾਹ ਵਿੱਚ ਸੱਚਖੰਡ 'ਚ ਥਾਂ ਬਣੀ ਨਹੀਂ ਹੋਈ। ਤੂੰ ਕੋਈ ਧਰਮ ਦੇ ਨਾਂ 'ਤੇ ਕੁਝ ਕੀਤਾ ਨਹੀਂ। ਮਹਾਂਪੁਰਸ਼ ਕਹਿੰਦੇ ਸੀ ਪੜ੍ਹੋ, ਕੋਈ ਬੀਜੀ ਨਾ ਧਰਮ ਵਾਲੀ ਕਿਆਰੀ ਅਤੇ ਪਾਪਾਂ ਵਾਲੇ ਖੇਤ ਬੀਜ ਲੇ। ਹਾਂਜੀ ਪੜ੍ਹੋ। ਕੋਈ ਬੀਜੀ ਨਾ ਧਰਮ ਵਾਲੀ ਕਿਆਰੀ ਪਾਪਾਂ ਵਾਲੇ ਖੇਤ ਬੀਜ ਲੈ। ਕੱਪੜੇ ਦੇ ਉਹ ਲਿਆ ਲਿਆ ਕੇ ਬਹਿ ਕੇ ਕੀਰਤਨ ਸੁਣੋ, ਜਿਹਨੂੰ ਲੋੜ ਆਪੇ ਲੈ ਆਏਗਾ। ਖਲਰ ਜਿਹਾ ਪਾਇਆ ਕਰੋ ਦੁਆ 'ਚ, ਬਹਿ ਜਾਓ ਕਿਸਾਨ ਦੇ, ਇਹ ਨਾ ਕਰੋ ਜਿਹਨੂੰ ਲੋੜ ਆਪੇ ਲੈ ਆਏਗਾ, ਜਾ ਕੇ ਬਹਿ ਜਾਓ। ਤਪੱਸਿਆ ਹੁੰਦੀ ਹੈ, ਅਗਲੇ ਬਰਫ਼ 'ਚ ਜਾ ਕੇ ਬੈਠਦੇ ਆ, ਤਪੱਸਿਆ ਹੁੰਦੀ ਹੈ ਧੂਣੀਆਂ ਤਪਾ ਕੇ ਸੰਤ ਬੈਠਦੇ ਆ ਵੀ ਅੱਗ ਬਾਲ ਕੇ, ਠੰਡ 'ਚ ਬਰਫ਼ਾਂ 'ਚ ਜਾ ਕੇ ਘਰਾਂ ਤੋਂ ਬਗੈਰ ਭਗਤੀ ਕਰਦੇ ਆ। ਐਵੇਂ ਦਾ ਕੋਈ ਕਰੋ ਜਿਹਨੂੰ ਲੋੜ ਆਪੇ ਲੈ ਆਓਗੇ, ਇੱਥੇ ਕੰਬਲਾਂ ਅਤੇ ਰਜਾਈਆਂ ਦੇ ਢੇਰ ਨਾ ਲਾਓ, ਆਪਾਂ ਤਪ ਕਰਨ ਆਏ ਹਾਂ, ਇੱਥੇ ਬੰਦਗੀ ਨਾਮ ਜਪਣਾ ਹੈ। ਇਹਨਾਂ ਵੇਖੋ ਇਹਦੇ ਠੰਡੇ ਫਲਾਣਾ ਆਪੇ ਜਿਹਨੂੰ ਜ਼ਰੂਰਤ ਹੈ ਆਪਦਾ ਘਰੋਂ ਪ੍ਰਬੰਧ ਕਰਕੇ ਆਏਗਾ। ਇੱਥੇ ਬਹਿ ਕੇ ਸਾਰੇ ਨਾਮ ਜਪੋ, ਅਖਲ ਸੰਗਤ 'ਚ ਨਾ ਖਲਰ ਪਾਓ। ਚਲੋ ਬੀਜ ਲੈ।
ਘਰ ਵੀ ਕੋਠੀਆਂ ਵੀ ਬਣਾਈਆਂ, ਆ ਪਰਿਵਾਰ ਵੀ ਇੱਕ ਘਰ ਇਹਨਾਂ ਦਾ ਇੱਥੋਂ 20 ਕੁ ਮਿੰਟ ਦੇ ਆ, ਇੱਥੇ ਵੀ ਬਣਾਇਆ ਹੋਇਆ ਹੈ, ਉੱਥੇ ਵੀ ਬਣਾਇਆ ਹੈ, ਪੰਜਾਬ 'ਚ ਵੀ ਹੈਗਾ ਹੈ, ਪੰਜਾਬ 'ਚ ਵੀ ਜ਼ਮੀਨ ਹੈ, ਘਰ ਵੀ ਹੈਗਾ ਹੈ, ਇੱਥੇ ਵੀ ਬਣਾਇਆ ਹੋਇਆ ਘਰ, ਆ ਖੇਤਾਂ 'ਚ ਵੀ ਬਣਾਇਆ ਹੋਇਆ। ਦੱਸੋ ਦੱਸੋ ਬਾਬੇ ਨਾਨਕ ਦਾ ਕਿਹੜਾ ਬਣਾਇਆ ਜੀ? ਆਪਦੇ ਹੀ ਬਣਾਇਆ ਨਾ। ਕਹਿੰਦੇ ਤੂੰ ਧਰਮ ਦੇ ਬੀਜ ਨਹੀਂ ਬੀਜਦਾ, ਆਪਣੇ ਖਿਲਾਰੇ ਪਾ ਰਿਹਾ। ਤੂੰ ਮਿਲਣਾ ਤੈਨੂੰ ਉਹ ਹੈ ਜਿਹੜਾ ਧਰਮ ਦੇ ਨਾਂ 'ਤੇ ਕੀਤਾ, ਜਿਹੜਾ ਧਰਮ ਦੇ ਨਾਮ 'ਤੇ ਬੀਜ ਬੀਜਿਆ। ਗੁਰੂ ਨਾਨਕ ਦਾ ਹਿੱਸਾ ਕੱਢੋ, ਉਹਨੇ ਸਭ ਸੁੱਖ ਦਿੱਤੇ ਆ। ਆ ਜ਼ਮੀਨਾਂ ਇੱਥੇ ਪੰਜਾਬ 'ਚ, ਇੱਥੇ ਕੋਠੀ ਆ ਆਸਟ੍ਰੇਲੀਆ 'ਚ, ਇਹ ਗੁਰੂ ਨੇ ਦਿੱਤੀਆਂ, ਪਰਮੇਸ਼ਰ ਨੇ ਬਖਸ਼ੀਆਂ। ਆਪਾਂ ਉਹਦੇ ਵਾਸਤੇ ਕੀ ਕਰਦੇ ਹਾਂ? ਉਹਦੇ ਵਾਸਤੇ ਬੀਜ ਕਿਹੜਾ ਬੀਜਦੇ ਹਾਂ? ਮਹਾਂਪੁਰਸ਼ਾਂ ਨੇ ਲਕੀਰਾਂ ਮਾਰੀਆਂ, ਵਜ਼ੀਰ ਦੀ ਕੋਠੀ ਬਣ ਗਈ ਦਰਗਾਹ। ਰਾਜੇ ਨੂੰ ਇੱਕੋ ਦਮ ਖਿਆਲ ਆਇਆ ਵੀ ਸੰਤ ਤਾਂ ਕਰਨੀ ਵਾਲੇ ਸੀ, ਮਹਾਂਪੁਰਸ਼ ਸ਼ਕਤੀ ਵਾਲੇ ਸੀ, ਮੈਂ ਤਾਂ ਐਵੇਂ ਭੁਲੇਖਾ ਮੈਨੂੰ ਪੈ ਗਿਆ, ਮੈਂ ਤਾਂ ਐਵੇਂ ਕਹਿਤਾ ਕਿ ਸੰਤਾਂ ਨੇ ਠੱਗ ਲਿਆ। ਯਾਦ ਕੀਤਾ ਪੁੱਛੋ ਵਾਲੇ, ਬਾਬਾ ਜੀ ਮੈਨੂੰ ਬਚਾਓ, ਬਾਬਾ ਮਾਂ ਹਰਨਾਮ ਸਿੰਘ ਜੀ ਮੈਨੂੰ ਬਚਾਓ। ਬਾਣੀ 'ਚ ਆਉਂਦਾ ਹੈ ਕਿ ਸੁਣ ਕੇ ਜੰਮ ਕੇ ਦੂਤ ਨਾਏ ਤੇਰੇ ਛੱਡ ਜਾਏ, ਜਦੋਂ ਤੇਰਾ ਨਾਮ ਸੁਣਿਆ ਤਾਂ ਜਮਦੂਤ ਵੀ ਛੱਡ ਗਏ। ਸੁਣ ਕੇ ਜਮਦੂਤਾਂ ਨੇ ਨਾਮ ਸੁਣਿਆ ਪੁੱਛੋ ਵਾਲੇ ਬਾਬਾ ਜੀ ਦਾ, ਬਾਬੇ ਮਾਂ ਹਰਨਾਮ ਸਿੰਘ ਦਾ, ਜਮਦੂਤ ਵੀ ਛੱਡ ਗਏ ਅਤੇ ਰਾਜਾ ਤ੍ਰਭ ਕੇ ਉੱਠਿਆ, ਉੱਠ ਕੇ ਬੈਠਾ ਹੈ। ਜਦੋਂ ਉੱਠ ਕੇ ਬੈਠਾ ਤਾਂ ਸਰੀਰ 'ਚ ਦਰਦਾਂ ਵੀ ਹੋ ਰਹੀਆਂ ਨੇ, ਜਿਹੜੀ ਕੁੱਟ ਮਾਰ ਪਈ ਉਹਦੀ ਸਰੀਰ 'ਚ ਪਤਾ ਲੱਗਦਾ ਹੈ ਕਿ ਮੈਨੂੰ ਜਮਾਂ ਦੀ ਮਾਰ ਪਈ। ਕਹਿੰਦਾ ਵਜ਼ੀਰ ਨੂੰ ਸੁਨੇਹਾ ਭੇਜਿਆ ਹੁਣੀ ਆਵੇ। ਅੱਧੀ ਰਾਤੀ ਵਜ਼ੀਰ ਨੂੰ ਸੱਦ ਲਿਆ, ਦਿਨ ਚੜ੍ਹਿਆ ਨਹੀਂ, ਬਾਬਾ ਜੀ ਵਾਲੇ ਪਾਸੇ ਨੂੰ ਤੁਰ ਪਏ। ਜਦੋਂ ਕਿ ਗਏ ਤਾਂ ਬਾਬਾ ਜੀ ਫਿਰ ਉਵੇਂ ਲਕੀਰਾਂ ਮਾਰਦੇ ਪਏ। ਰਾਜੇ ਨੇ ਪੁੱਛਿਆ ਹੁਣ ਬਾਬਾ ਜੀ ਇਹ ਕਾਹਦੀਆਂ ਲਕੀਰਾਂ ਮਾਰਦੇ ਜੇ? ਕਹਿੰਦੇ ਭਾਈ ਇਹ ਦਰਗਾਹ ਦੇ ਵਿੱਚ ਕੋਠੀਆਂ ਬਣਾ ਰਹੇ, ਜਿਹਦੀ 5000 ਸੀ ਉਹਦੀ 10 ਦੱਸੀ, ਜਿਹਦੀ 10 ਸੀ ਉਹਦੀ 20 ਦੱਸੀ, ਜੀ 10 ਦੀ ਤੀਜੀ 30 ਦੀ। ਇੱਕ 5 ਦੀ ਸੀ, ਦੂਜੀ 10 ਦੀ ਸੀ, ਇੱਕ 15000 ਦੀ ਸੀ। ਅੱਜ ਬਾਬਾ ਜੀ ਤੁਸੀਂ ਰੇਟ ਡਬਲ ਕਰਤੇ ਆ। ਕਹਿੰਦੇ ਰਾਜਾ ਜੇ ਹੋਰ ਲੇਟ ਹੋਏਗਾ ਤਾਂ ਰੇਟ ਹੋਰ ਚੜ੍ਹ ਜਾਣੇ, ਜਿੰਨਾ ਕੋਈ ਲੇਟ ਹੋਵੇ ਉਨੇ ਹੀ ਰੇਟ ਚੜ੍ਹ ਜਾਂਦੇ ਆ। ਜਿਹੜਾ ਪਹਿਲੋ ਦਾਤ ਲੈ ਲਏ ਗੁਰਾਂ ਤੋਂ ਉਹਨੂੰ ਪਹਿਲੋ ਦਾਤਾਂ ਮਿਲਦੀਆਂ। ਇੱਥੇ ਅਸੀਂ ਆਏ ਹਾਂ ਭਾਈ, ਤੁਹਾਡੇ ਵਾਸਤੇ 5-7 ਦਿਨ ਕੱਢੇ ਆ, ਅਤੇ ਤੁਹਾਨੂੰ ਚਾਹੀਦੀ ਆ ਜਿੰਨੀ ਦੇਰ ਅਸੀਂ 4 ਦਿਨ ਰਹੀਏ, 5 ਦਿਨ ਰਹੀਏ, ਵੱਧ ਤੋਂ ਵੱਧ ਹਫ਼ਤਾ ਰਹੀਦਾ, ਕੰਮ ਛੱਡ ਦਿਆ ਕਰੋ। ਜਦੋਂ ਤੁਸੀਂ ਇੰਡੀਆ ਜਾਂਦੇ ਛੱਡਦੇ ਜੇ ਕੰਮ,
ਜੇ ਬਿਮਾਰ ਹੁੰਦੇ ਛੱਡਦੇ ਆ, ਕਵਲਜੀਤ ਸਾਡੇ ਕੋਲ ਰਿਹਾ ਹੈ, ਨਿਆਣਿਆਂ ਦੇ ਸਾਡੇ ਕੋਲ ਰਹੇ ਨੇ, ਅਤੇ ਪਿਛਲੀ ਵਾਰੀ ਵੀ ਇਹਦਾ ਮੁੰਡਾ ਕੰਮ ਭੱਜ ਜਾਂਦਾ ਸੀ ਸਾਨੂੰ ਛੱਡ ਕੇ, ਐਤੀ ਵੀ ਇਹ ਕੰਮ ਨਹੀਂ ਆਉਣੇ। ਗੁਰੂ ਸਾਹਿਬ ਕਹਿੰਦੇ ਨੇ ਅਵਰ ਕਾਜ ਤੇਰੇ ਕਿਤੇ ਨਾ ਕਾਮ। ਕਈ ਲੋਕ ਅਸੀਂ ਦੇਖਦੇ ਹਾਂ ਬਾਬਾ ਜੀ ਸਾਨੂੰ ਛੁੱਟੀ ਦਿਓ, ਅਸੀਂ ਸਵੇਰੇ ਕੰਮ 'ਤੇ ਜਾਣ ਨਹੀਂ ਛੱਡਦੇ। ਜਿਨ੍ਹਾਂ 'ਤੇ ਗੁਰੂ ਨਾਨਕ ਦੀ ਮਿਹਰ, ਉਹ ਸਮਝ ਲੈਂਦੇ ਵੀ ਅਸੀਂ ਹੁਣ ਇੰਨੇ ਦਿਨ ਕੰਮ ਨਹੀਂ ਕਰਨਾ, ਜਾਣਾ ਨਹੀਂ। ਜਿਹੜਾ ਕੰਮ ਪਿੱਛੇ ਜਾਏਗਾ ਉਹਦੇ ਕੰਮ ਕੰਮ ਨਹੀਂ ਆਉਣੇ, ਗੁਰੂ ਤੋਂ ਵੀ ਭੁੱਲ ਜਾਏਗਾ। ਜੇ ਗੁਰੂ ਮਹਾਂਪੁਰਸ਼ਾਂ ਸਾਧ ਸੰਗਤ ਦਾ ਸਮਾਂ ਲਾਓਗੇ, ਤੁਹਾਡੇ ਕੰਮ ਚੱਲਦੇ ਰਹਿਣਗੇ, ਚੱਲਦੇ ਤਾਂ ਫਿਰ ਵੀ ਰਹਿਣਗੇ ਪਰ ਸੁੱਖ ਨਹੀਂ ਦੇਣਗੇ। ਗੁਰੂ ਸਾਹਿਬ ਕਹਿੰਦੇ ਵੀ ਅਸੀਂ ਤੂੰ ਅੰਮ੍ਰਿਤ ਵੇਲੇ ਉੱਠ ਭਗਤੀ ਕਰ ਨਾਮ ਜਪ, ਸ਼ਾਮ ਨੂੰ ਭਗਤੀ ਕਰ ਨਾਮ ਜਪ, ਸਾਧੂ ਸੰਤਾਂ ਮਹਾਂਪੁਰਸ਼ਾਂ ਵੇਲੇ ਸਮਾਂ ਕੱਢ, ਦਸਵੰਧ ਕੱਢ। ਕਹਿੰਦੇ ਜੇ ਤੂੰ ਨਹੀਂ ਕੱਢੇਗਾ ਕੀ ਹੋਏਗਾ, ਇਹ ਨਹੀਂ ਕਿ ਤੈਨੂੰ ਕੰਮ ਨਹੀਂ ਮਿਲਣੇ, ਘਰ ਨਹੀਂ ਮਿਲਣਾ, ਪਰਿਵਾਰ ਨਹੀਂ ਮਿਲਣਾ, ਪਰ ਤੈਨੂੰ ਘਰ ਵੀ ਮਿਲੇਗਾ, ਘਰ ਦਾ ਸੁੱਖ ਨਹੀਂ ਹੋਏਗਾ, ਸਰੀਰ ਵੀ ਮਿਲੇਗਾ, ਸਰੀਰ ਦਾ ਸੁੱਖ ਨਹੀਂ ਹੋਏਗਾ, ਕਾਰੋਬਾਰ ਵੀ ਮਿਲੇਗਾ, ਕਾਰੋਬਾਰ ਦਾ ਸੁੱਖ ਨਹੀਂ ਹੋਏਗਾ, ਧਨ ਵੀ ਤੇਰੇ ਕੋਲ ਆਏਗਾ ਪਰ ਧਨ ਸੁੱਖ ਨਹੀਂ ਦੇਗਾ, ਬਿਮਾਰੀਆਂ ਕਲੇਸ਼ ਪਰੇਸ਼ਾਨੀਆਂ ਦੇਵੇਗਾ। ਬਸ ਗੁਰੂ ਸਾਹਿਬ ਵਿੱਚੋਂ ਸੁੱਖ ਖਿੱਚ ਲੈਂਦੇ ਆ। ਜਿਹੜਾ ਨਾਮ ਨਹੀਂ ਜਪਦਾ, ਸਾਧੂ ਸੰਗਤ ਲਈ ਸਮਾਂ ਨਹੀਂ ਕੱਢਦਾ, ਦਰਗਾਹ ਗੁਰੂ ਨਾਨਕ ਵਾਸਤੇ ਅੰਮ੍ਰਿਤ ਵੇਲਾ ਸ਼ਾਮ ਵੇਲਾ ਨਹੀਂ ਕੱਢਦਾ, ਇਹ ਹੁਕਮ ਹੈ ਕਿ ਇੱਕ ਤਾਂ ਜਦੋਂ ਸਾਧੂ ਸੰਤ ਮਹਾਂਪੁਰਸ਼ ਮਿਲਣ ਉਦੋਂ ਸਮਾਂ ਕੱਢ, ਇੱਕ ਸਵੇਰੇ ਅਤੇ ਇੱਕ ਸ਼ਾਮ ਦਾ ਕੱਢ, ਇੱਕ ਆਪਦੀ ਕਮਾਈ ਦਾ ਦਸਵਾਂ ਹਿੱਸਾ ਕੱਢ। ਜਿਹੜਾ ਨਹੀਂ ਕੱਢਦਾ ਫਿਰ ਉਹਨੂੰ ਰੱਬ ਸਜ਼ਾ ਕੀ ਲਾਉਂਦਾ ਹੈ, ਉਹਦਾ ਸੁੱਖ ਖਿੱਚ ਲੈਂਦਾ ਵਿੱਚੋਂ, ਮਾਇਆ ਦਿੰਦਾ ਮਾਇਆ ਦਾ ਸੁੱਖ ਨਹੀਂ ਦਿੰਦਾ, ਧੀ ਪੁੱਤਰ ਦਿੰਦਾ ਧੀ ਪੁੱਤਰ ਦਾ ਸੁੱਖ ਨਹੀਂ ਦਿੰਦਾ, ਜ਼ਮੀਨਾਂ ਕਾਰੋਬਾਰ ਦੇ ਦਿੰਦਾ ਜ਼ਮੀਨਾਂ ਕਾਰੋਬਾਰ ਦਾ ਸੁੱਖ ਨਹੀਂ, ਉਹਨਾਂ 'ਚ ਦੁੱਖ ਹੀ ਹੋਏਗਾ। ਜੇ ਤੂੰ ਇਹ ਸਮਾਂ ਗੁਰੂ ਨੂੰ ਨਹੀਂ ਭੁੱਲੇਗਾ ਫਿਰ ਗੁਰੂ ਤੈਨੂੰ ਸੁੱਖ ਦੇਵੇਗਾ, ਆਪਣੀ ਸੰਗਤ ਦੇਵੇਗਾ, ਥੋੜ੍ਹੀ ਆਵਾਜ਼ ਵਧਾ ਦੇ, ਨਾਮ ਸਿਮਰਨ ਦੇਵੇਗਾ। ਇਹ ਸਮਾਂ ਕਦੀ ਨਹੀਂ ਬੇਮੁੱਖ ਹੋਣਾ, ਛੱਡ ਕੇ ਨਹੀਂ ਭੱਜ ਜਾਣਾ। ਜਦੋਂ ਅਸੀਂ ਸੰਗੀ ਹਾਂ, ਬਾਬਾ ਜੀ ਦੇ ਇਸ ਘਰ ਨਾਲ ਜੁੜੇ ਹੋਏ ਹਾਂ, ਇਹਨਾਂ ਤੋਂ ਮੰਗਣਾ ਹੈ। ਕਹਿੰਦੇ ਸੋ ਕਿਉਂ ਵਿਸਰੇ ਮੇਰੀ ਮਾਏ, ਸਾਚਾ ਸਾਹਿਬ ਸਾਚਨਾ ਹੈ। ਜੋੜੀ ਤੋਰ ਕੇ ਹੁਣ ਲਾ ਦੇ ਤੂੰ ਬਹਿ ਜਾ, ਇਹ ਵਜਾ ਲੈਂਦਾ ਪੱਗ ਤਾਂ ਗੋਲ ਬੰਨੀ ਕੀ ਕਰ ਲੈਂਦਾ। ਅੱਜ ਗੋਲ ਪੱਗ ਬਣੀਏ ਫਿਰ ਕੀਰਤਨ ਕਥਾ ਪਾਠ ਜ਼ਰੂਰ ਆਉਣਾ ਚਾਹੀਦਾ, ਨਹੀਂ ਤਾਂ ਗੋਠਾ ਜੀ ਬਣੋ ਤੂੰ ਭਾਈ, ਤੂੰ ਵੀ ਗੋਲ ਬਣੀ, ਤੈਨੂੰ ਆਉਂਦਾ ਕੋਈ ਇਹ ਗੋਲ ਪੱਗ ਬਣ ਕੇ ਸਾਰਿਆਂ ਦਾ ਕੀਰਤਨ ਲਾ ਰਿਹਾ ਹੈ। ਅਸੀਂ ਜਦੋਂ ਮਹਾਂਪੁਰਸ਼ਾਂ ਕੋਲ ਆਏ ਸੀ ਉਹਨਾਂ ਸਾਡੀ ਗੋਠਾ ਦੀ ਪੱਗ ਰੱਖੀ ਸੀ, ਨਿੱਕੇ ਸੀ। ਕਹਿੰਦੇ ਜਦੋਂ ਤੁਸੀਂ ਵੱਡੇ ਹੋਵੋਗੇ ਉਦੋਂ ਅਸੀਂ ਤੁਹਾਡੀ ਗੋਲ ਪੱਗ ਕਰਾਵਾਂਗੇ। ਫਿਰ ਉਹਨਾਂ ਨੇ ਸਾਡੀ ਗੋਲ ਪੱਗ ਕਰਾਈ, ਬਾਅਦ ਵਿੱਚ ਪਹਿਲੋਂ ਗੋਠਾਲੀਆਂ ਸੀ। ਅੱਜ ਕੱਲ੍ਹ ਦਾ ਜਿਹੜਾ ਚੱਕਦਾ ਹੈ ਗੋਲ ਬਣ ਲੈਂਦਾ, ਗੋਲ ਪੱਗ ਗਈ ਫਕੀਰੀ ਦੀ, ਨਾਮ ਜਪਣ ਵਾਲਿਆਂ ਦੀ, ਸਿਮਰਨ ਕਰਨ ਵਾਲਿਆਂ ਦੀ, ਗੁਰੂ ਨਾਲ ਜੁੜਨ ਵਾਲਿਆਂ ਦੀ। ਬਾਬੇ ਨਾਨਕ ਦੀ ਗੋਲ ਪੱਗ ਗਈ,
ਰਾਜਿਆਂ ਮਹਾਰਾਜਿਆਂ ਦੀਆਂ ਗੁੱਠਲੀਆਂ ਹੁੰਦੀਆਂ। ਇਹ ਗੋਲ ਦਸਤਾਰ ਦਾ ਮਤਲਬ ਇਹ ਕਿ ਹੁਣ ਦੁਨੀਆ ਦੇ ਪਾਸੇ ਗੋਲ ਮੋੜ ਹੋ ਜਾ, ਰੱਬ ਵਾਲੇ ਪਾਸੇ ਹੋ ਜਾ। ਚੋਲਾ ਅਸੀਂ ਚੋਲਾ ਪਾ ਦਿੰਦੇ ਹਾਂ, ਚੋਲੇ ਦਾ ਮਤਲਬ ਵੀ ਜਿਹੜਾ ਮਰਜ਼ੀ ਤੈਨੂੰ ਚੋਲ ਹੋਵੇ, ਦਾਤ ਲੈ ਜਾ ਵੀ ਆਣ ਕੇ। ਅਤੇ ਇਹ ਗੁਰੂ ਦਾ ਚੋਲਾ ਹੁਣ ਤੁਹਾਨੂੰ ਅਸੀਂ ਪਾਉਣੇ ਆ, ਚੋਲੇ ਅਸੀਂ ਨਾਲ ਰੱਖਣਾ, ਸਾਰਿਆਂ ਨੂੰ ਚਿੱਟੇ ਚੋਲੇ ਪਵਾ ਦੇਣੇ। ਧੰਨ ਬਾਬਾ ਮਹਾਰਨਾਮ ਸਿੰਘ ਜੀ ਕੋਲ ਰਾਜੇ ਨੇ ਫਿਰ ਦੁਬਾਰਾ ਗੱਲ ਕੀਤੀ ਕਿ ਮਹਾਰਾਜਾ ਰੇਟ ਡਬਲ ਹੋ ਗਏ। ਕਹਿੰਦੇ ਲੇਟ ਹੋਏਗਾ ਤਾਂ ਹੋਰ ਡਬਲ ਹੋ ਜਾਣਗੇ। ਇਸ ਤਰ੍ਹਾਂ ਫਿਰ ਰਾਜੇ ਨੇ ਬਾਬਾ ਜੀ ਨੂੰ ਕਿਹਾ ਜੀ ਮੈਨੂੰ ਵੀ ਦਰਗਾਹ 'ਚ ਥਾਂ ਦੇ ਦਿਓ, ਮੈਨੂੰ ਵੀ ਜਗ੍ਹਾ ਦੇ ਦਿਓ। ਸੱਚਖੰਡ ਦੀਆਂ ਜਗ੍ਹਾ ਔਖੀਆਂ ਮਿਲਦੀਆਂ ਨੇ, ਦੁਨੀਆ ਦੇ ਸਾਰੇ ਸੁੱਖ ਮਿਲ ਜਾਣਗੇ। ਇਹ ਪੱਕੀ ਗੱਲ ਪੱਲੇ ਬਣ ਲਓ ਕਿ ਜੇ ਆਪਾਂ ਇੱਥੇ ਰਹਿਣ ਸਬਾਈ ਰੱਖੀਏ ਨਾ ਤੁਹਾਡੇ ਆਸਟ੍ਰੇਲੀਆ 'ਚ, ਕਿਹਦੇ ਸਾਲ 'ਚ 5-7 ਹੀ ਹੋਣੀ ਹੈ, ਅਤੇ ਉਦੋਂ ਨਾ ਭੁੱਲਿਓ, ਕਿਤੇ ਗਲਤੀ ਨਾਲ ਕੰਮ ਘੁੰਮਣਾ ਕਰਕੇ ਬਹਿ ਜਿਓ। ਉਸ ਸਮੇਂ ਕੰਮ ਕਾਰ ਛੱਡ ਦਿੰਦੇ ਹਾਂ, ਨੌਕਰੀ ਛੱਡ ਦੇਣੀ ਹੈ। ਕਈ ਬੱਚੇ ਨੇ ਇਸ ਤਰ੍ਹਾਂ ਸਾਡੇ ਨਾਲ ਉਹ ਸਮਾਗਮਾਂ 'ਚ ਰਹਿੰਦੇ ਆ, ਪਰ ਜਦੋਂ ਅਸੀਂ ਜਾਈਏ ਤਾਂ ਕੰਮ ਛੱਡ ਦਿੰਦੇ। ਕਈ ਵਾਰ ਉਹਨਾਂ ਨੂੰ ਕੰਮਾਂ ਤੋਂ ਜਵਾਬ ਵੀ ਹੋ ਜਾਂਦਾ, ਪਰ ਹੁਣ ਸਮਾਂ ਅੱਗੇ ਬੜਾ ਖਤਰਨਾਕ ਜੇ। ਮੁਸਲਮਾਨ ਪਾਕਿਸਤਾਨ 'ਚੋਂ, ਹਿੰਦੁਸਤਾਨ 'ਚੋਂ, ਇੰਡੀਆ ਵਾਲੇ ਲੋਕ ਸਾਰੇ ਡਾਲਰਾਂ ਅਤੇ ਪੌਂਡਾਂ ਵਾਲੇ ਪਾਸੇ ਭੱਜ ਗਏ ਆ, ਤੁਹਾਨੂੰ ਕੰਮ ਨਹੀਂ ਲੱਭਣੇ, ਜਵਾਬ ਹੋ ਜਾਣਾ ਹੈ, ਪੜ੍ਹਾਈ ਦੇ ਖਰਚੇ ਵੀ ਨਹੀਂ ਪੂਰੇ ਹੋਣੇ ਜਿਹੜੇ ਸਟੂਡੈਂਟ ਆਉਂਦੇ ਆ। ਇਹ ਚਾਰੇ ਪਾਸੇ ਇਹਨਾਂ ਨੇ ਖੋਲ੍ਹਤਾ, ਇਹਨਾਂ ਨੂੰ ਆਮਦਨ ਕਮਾਈ ਹੁੰਦੀ। ਗਰੀਬ ਦੇਸ਼ ਕਿੰਨੇ ਆ, ਬੰਗਲਾਦੇਸ਼, ਇੰਡੀ, ਆਪਣੇ ਹਿੰਦੁਸਤਾਨ, ਇੰਡੋਨੇਸ਼ੀਆ, ਹੋਰ ਸਾਰੇ ਇੱਧਰ ਅਫਰੀਕਾ ਦੇ ਬੜੇ ਗਰੀਬ ਦੇਸ਼ ਨੇ। ਫਿਰ ਸਾਰੇ ਅਤੇ ਕਾਲੇ ਅਤੇ ਕਣਕ ਭਿੰਨੇ ਫਿਰ ਸਾਰੇ ਹੀ ਆ ਜਾਣੇ। ਇੱਥੇ ਗੋਰਿਆਂ ਦੇ ਦੇਸ਼ ਵਿੱਚ ਪੈਸੇ ਪੂਸੇ ਡਾਲਰ ਪਾਉਣ ਦੇ ਪਿੱਛੇ, ਅਤੇ ਫਿਰ ਕੰਮਾਂ ਕਾਰਾਂ ਦਾ ਔਖਾ ਹੋ ਜਾਣਾ। ਪਰ ਕੰਮ ਉਹਨੂੰ ਰੱਬ ਦੇਵੇਗਾ ਜਿਹੜਾ ਗੁਰੂ ਦਾ ਕੰਮ ਕਰੇ, ਉਹਨੂੰ ਕੰਮ ਬਣਿਆ ਰਹੇਗਾ, ਉਹਦੇ ਕਾਰੋਬਾਰ ਵੀ ਚੱਲਣਗੇ, ਤਰੱਕੀਆਂ ਵੀ ਹੋਣਗੀਆਂ, ਵਾਧੇ ਵੀ ਹੋਣਗੇ। ਆ ਪਰਿਵਾਰ ਵਾਲਿਆਂ ਨੂੰ ਦੱਸਿਆ ਨਾ ਵੀ ਹਿੰਦੁਸਤਾਨ 'ਚ ਵੀ ਘਰ, ਖੇਤ ਵੀ, ਇੱਥੇ ਵੀ ਖੇਤ ਵੀ ਅਤੇ ਘਰ, ਫਿਰ ਇੱਥੇ ਸ਼ਹਿਰ ਵਿੱਚ ਵੀ ਘਰ, ਇੰਨੇ ਘਰ ਅਸੀਂ ਆਪਦੇ ਬਣਾ ਲਏ, ਬਾਬੇ ਦਾ ਕਿਹੜਾ ਬਣਾਇਆ। ਹੁਣ ਇਹਨਾਂ ਨੂੰ ਕਿਹਾ ਇੱਥੇ ਬਾਬੇ ਨਾਨਕ ਦੇ 2 ਕਿੱਲੇ ਕੱਢੋ, 2 ਕਿੱਲਿਆਂ ਵਿੱਚ ਇੰਨਿਆਂ 'ਚ ਤੁਹਾਡੇ ਸਾਰੇ ਸਫਲੇ ਹੋ ਜਾਣਗੇ। ਉਹਨਾਂ 'ਚ ਆਪਾਂ ਸਪੈਸ਼ਲ ਠਾਠ ਬਣਾਉਣਾ, ਉਹ ਸਾਰੀ ਸੰਗਤ ਹੀ ਉੱਥੇ ਆਏਗੀ। ਕਿਉਂ ਬੀਬੀ ਦੱਸ, ਸਾਰੀਆਂ ਸੰਗਤਾਂ ਦੇ ਕੰਬਲ ਪਾ ਪਾ ਕੇ ਆਣ ਕੇ ਨੇ ਪਾਉਣੀ ਏ, ਹੁਣ ਸੰਗਤਾਂ ਦਾ ਘਰ ਵੀ ਪਾ ਦੇ। ਜੇ ਨਾ ਤੈਨੂੰ ਪਿਆਰ ਸੰਗਤ ਨਾਲ ਨਾ, ਅਤੇ ਇੱਕ ਪਾਸੇ ਗੁਰੂ ਨਾਨਕ ਪਾਤਸ਼ਾਹ ਦਾ ਕਿੰਨੇ ਕਿੱਲੇ ਜ਼ਮੀਨ ਏ, 12। ਹਾਂ ਚਲੋ ਫਿਰ ਦਸਵੰਧ ਤਾਂ ਕੱਢਣਾ ਬਣਦਾ ਨਾ। ਹਾਂ 12 ਦਾ
ਦਸਵੰਦ ਕੱਢੋ ਗੁਰੂ ਸਾਹਿਬ ਦੇ ਨਾਂ 'ਤੇ, ਕਿੱਲਾ ਦੋ ਕਿੱਲਿਆਂ ਦੇ ਵਿੱਚ ਸੋਹਣਾ ਸਥਾਨ ਬਣਾਓ। ਸੱਚਖੰਡ ਵੀ ਆਪਾਂ ਨਾਨਕਸਰ ਵਾਲਾ ਬਣਾਉਣਾ ਹੈ, ਹਾਲ ਉਹਦੇ ਅੱਗੇ ਸ਼ੈੱਡ ਪਾ ਕੇ ਹਾਲ ਵੀ ਬਣ ਜਾਏਗਾ, ਪਰਮਿਸ਼ਨ ਤਾਂ ਮਿਲ ਜਾਂਦੀ ਨਾ ਬਣਾਉਣ ਦੀ। ਹਾਂ ਨਹੀਂ ਤਾਂ ਫਿਰ ਉਹੋ ਜਿਹਾ ਛੇੜ ਛੁੜ ਜਿਹਾ ਵਾਲਾ ਬਣਾ ਲਾਂਗੇ ਅਤੇ ਸੰਗਤ ਆਵੇ ਇੱਥੇ, ਸੰਗਤ ਦੇ ਪੈਰ ਪੈਣ। ਕਹਿੰਦੇ ਨੇ ਜਿਹੜੀ ਸਾਧ ਸੰਗਤ ਹੈ ਇਹ ਰਤਨਾਂ ਦੀ ਖਾਣ ਹੁੰਦੀ ਹੈ, ਚਰਨ ਪਾ ਦੇ ਵੱਧਦਾ ਹੀ ਜਾਂਦਾ ਕਾਰੋਬਾਰ, ਅਤੇ ਜੇ ਸਾਧ ਸੰਗਤ ਨਾ ਆਵੇ ਤਾਂ ਘੱਟਦਾ ਜਾਂਦਾ। ਕਹਿੰਦੇ ਨੇ ਜਹ ਕਰ ਸਾਧਨਾ ਸੇਵੀਏ ਹਰ ਕੀ ਸੇਵਾ ਨਾਹੀਂ, ਤਿਤ ਕਰ ਮਰਹਟ ਸਾਰ ਕੇ ਭੂਤ ਵਸੇ ਤੈ ਠਾਈਂ। ਕਹਿੰਦੇ ਜਿਸ ਘਰ ਵਿੱਚ ਸਾਧੂ ਸੰਤ ਨਹੀਂ ਆਉਂਦੇ, ਮਹਾਂਪੁਰਸ਼ ਨਹੀਂ ਆਉਂਦੇ, ਗੁਰੂ ਕੇ ਪਿਆਰੇ ਗੁਰਸਿੱਖ ਨਹੀਂ ਆਉਂਦੇ, ਉੱਥੇ ਕੋਈ ਰੱਬ ਨਹੀਂ ਆ ਸਕਦਾ, ਨਾ ਹੀ ਰੱਬ ਦੀ ਸੇਵਾ ਹੈ ਕੋਈ। ਮਹਾਂਪੁਰਸ਼ਾਂ ਦੀ ਸੇਵਾ ਹੀ ਰੱਬ ਦੀ ਸੇਵਾ ਹੈ। ਕਹਿੰਦੇ ਉਹ ਘਰ ਨੂੰ ਸਮਝੋ, ਇਹ ਤਾਂ ਮਰਿਆ ਹੋਇਆਂ ਦਾ ਘਰ ਹੈ, ਮਰਹਟ ਸਾਰ ਕੇ, ਅਤੇ ਰਹਿਣ ਵਾਲੇ ਭੂਤ ਨੇ। ਆ ਕਹਿੰਦੇ ਜਿਹੜੇ ਘਰ 'ਚ ਸਾਧੂ ਸੰਤ ਨਹੀਂ, ਪਾਠ ਪੂਜਾ ਨਹੀਂ, ਗੁਰਸਿੱਖ ਨਹੀਂ, ਨਾਮ ਜਪਣ ਵਾਲੇ ਨਹੀਂ ਆਉਂਦੇ, ਸਾਰੇ ਜਿਹੜੇ ਉਹ ਬਸ ਇਹੋ ਜਿਹੀ ਰੱਬ ਤੋਂ ਟੁੱਟੇ ਹੋਏ, ਕਹਿੰਦੇ ਉਹ ਭੂਤ ਨੇ ਆ ਸਾਰੇ, ਅਤੇ ਉਹ ਘਰ ਜਿਹੜਾ ਉਹ ਮਰਿਆਂ ਦਾ ਸ਼ਮਸ਼ਾਨ ਘਾਟ ਮਰਹਟ ਸਾਰ ਕੇ ਆ, ਜਿੱਥੇ ਮਹਾਂਪੁਰਖ ਨਹੀਂ, ਸਾਧ ਸੰਗਤ ਨਹੀਂ, ਗੁਰੂ ਦੇ ਪੈਰ ਨਹੀਂ ਪੈਂਦੇ, ਸੰਗਤ ਨਹੀਂ ਆਉਂਦੀ, ਨਾਮ ਨਹੀਂ ਜਪਿਆ ਜਾਂਦਾ, ਉਸ ਘਰ ਨੂੰ ਸਰਾਪ ਏ ਕਿ ਇਸ ਘਰ ਵਿੱਚ ਰਹਿਣ ਵਾਲੇ ਸਾਰੇ ਭੂਤ ਨੇ, ਅਤੇ ਇਹ ਭੂਤਾਂ ਦਾ ਘਰ ਏ, ਮਰਿਆਂ ਹੋਇਆਂ ਦਾ ਇਹ ਕਬਰਸਥਾਨ ਏ। ਜੇ ਘਰ ਨੂੰ ਸੱਚਖੰਡ ਬਣਾਉਣਾ ਏ, ਇੰਨੇ ਇੰਨੇ ਤੁਸੀਂ ਪੈਸੇ ਲਾ ਦਿੰਦੇ ਆ ਸਾਰੇ ਪਾਸੇ, ਕੋਈ ਗੁਰੂ ਦੀ ਕਹਿੰਦੇ ਇੰਨੇ ਤੋਂ ਖੇਤ ਬੀਜੇ ਹੋਏ ਨੇ, ਕਿਤੇ ਕਣਕ ਝੋਨਾ ਚਾਵਲ, ਕਿਤੇ ਫਲ, ਕਿਤੇ ਕੁਝ, ਇੱਕ ਕਿਆਰੀ ਗੁਰੂ ਦੀ ਵੀ ਬੀਜ ਦੇ, ਉੱਥੇ ਸਤਸੰਗ ਹੋਵੇ, ਉੱਥੇ ਨਾਮ ਜਪਿਆ ਜਾਵੇ, ਉੱਥੇ ਬਾਣੀ ਪੜ੍ਹੀ ਜਾਵੇ। ਕਹਿੰਦੇ ਇੱਕ ਕਿਆਰੀ ਬੀਜ ਦੇ ਤੂੰ ਗੁਰੂ ਦੇ ਨਾਂ ਦੀ, ਇੰਨੇ ਖੇਤ ਬੀਜ ਰਿਹਾ ਤੂੰ ਗੁਰੂ ਦੀ ਕਿਆਰੀ ਬੀਜ ਦੇ। ਅੱਜ ਗੁਰੂ ਸਾਹਿਬ ਨੇ ਸਪੈਸ਼ਲ ਕਰਕੇ ਭੇਜਿਆ ਹੈ ਤੁਹਾਡੇ ਵਾਲੇ ਪਾਸੇ, ਪਰ ਸਾਨੂੰ ਜਿਵੇਂ ਆ ਬੀਬੀ ਨੂੰ ਮੈਂ ਕਿਹਾ ਸੀ, ਬਾਬਾ ਜੀ ਦੀ ਬਹੁਤ ਖੁਸ਼ੀ ਹੋਈ, ਪ੍ਰਸੰਨਤਾ ਹੋਈ, ਸੰਦੀਪ ਦੇ ਘਰ ਪ੍ਰੋਗਰਾਮ ਸੀ, ਪਰ ਤੁਹਾਡੇ ਪੂਰੀਆਂ ਖੁਸ਼ੀਆਂ ਨਹੀਂ ਮਿਲੀਆਂ, ਇਹ ਤੁਹਾਨੂੰ ਖੁਸ਼ੀਆਂ ਬਣਾਉਣੀਆਂ ਪੈਣਗੀਆਂ। ਜਿਵੇਂ ਜੋਤਸ਼ੀ ਵੇਖ ਲੈਂਦਾ ਨਾ, ਪੰਡਤ ਦੇਖ ਲੈਂਦਾ ਹੈ, ਅਸੀਂ ਵੀ ਦੇਖ ਲੈਂਦੇ ਹਾਂ ਵੀ ਇਹ ਕਿਹੋ ਜਿਹਾ ਘਰ ਹੈ, ਕਿਸ ਤਰ੍ਹਾਂ ਇਹਨਾਂ ਦੀ ਨਾਂ ਬੰਦਗੀ ਪੱਲੇ ਆ, ਗੁਰੂ ਸਾਹਿਬ ਨੇ ਪੂਰਾ ਹੰਗਾਰਾ ਨਹੀਂ ਭਰਿਆ। ਤੁਹਾਨੂੰ ਨਾਮ ਜਪਣਾ, ਗੁਰੂ ਵਾਲੇ ਪਾਸੇ ਲੱਗਣਾ, ਆਪ ਬੱਚਿਆਂ ਨੂੰ ਤੁਸੀਂ ਆਪਦੇ ਕਰਮ ਬਣਾਉਣੇ ਆ, ਭਗਤੀ ਬਣਾਉਣੀ, ਬੀਜ ਬੀਜਣਾ ਹੈ, ਉਸ ਤੁਹਾਨੂੰ ਦਰਗਾਹ ਮਿਲੇਗਾ। ਜੇ ਗੁਰੂ ਨਾਨਕ ਸਾਹਿਬ ਆ ਕੇ ਬੈਠੇ ਆ, ਸੰਗਤ ਬੈਠੀ ਹੈ, ਇਹ ਝੁੱਗੀਆਂ ਝੌਂਪੜੀਆਂ ਨੂੰ ਭਾਗ ਲੱਗ ਗਏ ਆ, ਅਤੇ ਸਮਝੋ ਗੁਰੂ ਸਾਹਿਬ ਨੇ ਮਿਹਰ ਕੀਤੀ, ਉਹ ਲਾਲੋ ਤਰਖਾਣ ਦੇ ਘਰ ਬਹਿ ਜਾਣ, ਉਹਦੀ ਝੁੱਗੀ ਮਹਿਲ ਬਣ ਜਾਂਦੀ। ਜਿੱਥੇ ਵੀ ਮਹਾਂਪੁਰਸ਼ ਸਾਧੂ ਸੰਗਤ ਆਣ ਕੇ ਨਾਮ ਜਪੇ, ਸਾਰੀ ਰਾਤ ਸਾਰਿਆਂ ਨੇ ਜਪਣਾ ਨਾਮ, ਅਤੇ ਸਾਡਾ ਹੁੰਦਾ ਵੀ ਅੱਧੀ ਰਾਤੋਂ ਇਸ਼ਨਾਨ ਵੀ ਕਰਨਾ ਹੈ, ਆਪਦੇ ਇਸ਼ਨਾਨ ਛੂਹ ਦਾ ਜਗਾਲ ਨਾਲ ਲਿਆਇਓ, ਪਾਣੀ ਪਾ ਲੈਣਾ ਸੱਜੇ ਖੱਬੇ,
ਸਾਡੇ ਨਾਲ ਕਈ ਰਹਿੰਦੇ ਗੁਰਮੁਖ ਪਿਆਰੇ, ਆਪਾਂ ਵੀ ਜਾਂਦੇ ਹਾਂ ਜਦੋਂ ਤੀਰਥਾਂ ਦੇ, ਉੱਥੇ ਹੁੰਦਾ ਵੀ ਇਸ਼ਨਾਨ ਕਰਨਾ ਜ਼ਰੂਰੀ ਹੁੰਦਾ ਹੈ। ਫਿਰ ਪਤਾ ਬੰਦਾ ਚਲਾਕ ਬਹੁਤ ਹੈ, ਕਿਵੇਂ ਇਸ਼ਨਾਨ ਕਰਦਾ ਜਾ ਕੇ, ਉੱਥੇ ਜਾ ਕੇ ਜਲ ਲੈ ਲਏਗਾ, ਮੂੰਹ ਦੇ ਛੱਟੇ ਮਾਰ ਲਏਗਾ, ਦੋ ਕੁ ਚੁਲੀਆਂ ਉੱਤੋਂ ਦੀ ਕੱਢ ਦੇਗਾ ਪਿਛਾਣ। ਆ ਜਿਹੜੇ ਉੱਤੋਂ ਦੀ ਪਾਣੀ ਪਾਉਂਦੇ ਹੁੰਦੇ ਚਲਾਕ ਹੁੰਦੇ ਆ, ਨਹਾਉਂਦੇ ਨਹੀਂ, ਕਹਿੰਦੇ ਐਂ ਸਿੜਦੇ ਉੱਤੋਂ ਦੀ। ਮੈਂ ਕਿਹਾ ਵੀ ਤੁਸੀਂ ਇਸ਼ਨਾਨ ਕਰ ਆਏ, ਮੁੰਡੇ ਸੀ ਨਾਲ ਕੀਰਤਨ ਕਰਦੇ। ਹਾਂ ਬਾਬਾ ਜੀ ਕਰ ਆਏ। ਮੈਂ ਕਿਹਾ ਚੈੱਕ ਕਰਕੇ ਆਓ ਇਹਨਾਂ ਦੇ ਕਛਹਿਰੇ ਸੁੱਕੇ ਗਿੱਲੇ ਕਿੱਥੇ ਆ। ਉਹ ਕਹਿੰਦੇ ਗਿੱਲੇ ਨਹੀਂ ਹੈਗੇ। ਮੈਂ ਕਿਹਾ ਫਿਰ ਕਿਵੇਂ ਇਸ਼ਨਾਨ ਕੀਤਾ? ਕਹਿੰਦੇ ਬਸ ਐਂ ਸਿੜਦਾ ਸੀ ਪਾਣੀ, ਇੱਧਰ ਇੱਧਰ ਮੂੰਹ ਨੂੰ ਲਾ ਲਿਆ ਸੀ, ਹੱਥਾਂ ਪੈਰਾਂ ਨੂੰ ਲਾ ਲਿਆ ਸੀ। ਉਹ ਕਹਿੰਦੇ ਚੋਰ ਹੋ ਜਾਂਦਾ, ਅਤੇ ਇਸ਼ਨਾਨ ਕਰਨਾ ਅੰਮ੍ਰਿਤ ਵੇਲੇ ਦਾ ਬਹੁਤ ਜ਼ਰੂਰੀ ਹੁੰਦਾ। ਗੁਰੂ ਸਾਹਿਬ ਨੇ ਕਿਹਾ ਇਸ਼ਨਾਨ ਕਰ, ਫਿਰ ਰੱਬ ਨੂੰ ਸਿਮਰ। ਕਹਿੰਦੇ ਵੀ ਰੱਬ ਨੂੰ ਸਿਮਰਨਾ ਨਹਾਉਣ ਦੀ ਕੀ ਲੋੜ ਹੈ? ਤੁਸੀਂ ਵੇਖੋ ਹਰ ਚੀਜ਼ ਬਣਦੀ ਕਿਵੇਂ ਹੈ। ਜੇ ਰੋਟੀ ਵੀ ਪਕਾਉਣੀ ਤਾਂ ਆਟਾ ਗੁੰਨਣਾ ਪਏਗਾ, ਇਕੱਲੇ ਸੁੱਕੇ ਆਟੇ ਦੀ ਰੋਟੀ ਬਣ ਜਾਏਗੀ? ਉਹਦੀ ਨਹੀਂ ਬਣਦੀ। ਆਟਾ ਗੁੰਨਣਾ ਪੈਂਦਾ, ਆਟੇ ਨੂੰ ਵੀ ਨਹਾਉਣਾ ਪੈਂਦਾ, ਫਿਰ ਰੋਟੀ ਬਣਦੀ। ਆਟਾ ਗੁੰਨਣਾ ਪੈਂਦਾ ਅਤੇ ਰੋਟੀ ਬਣਦੀ। ਇਵੇਂ ਇਸ਼ਨਾਨ ਕਰੋ, ਫਿਰ ਰੱਬ ਨੂੰ ਸਿਮਰੋ। ਉੱਠ ਇਸ਼ਨਾਨ ਕਰੋ, ਪ੍ਰਭਾਤੇ ਸੋਈ ਹਰ ਰਾਧੀ, ਬਿਖੜੇ ਦੌੜ ਲੰਘਾਏ ਮੇਰਾ ਸਤਿਗੁਰ ਸੁਖ ਸਹਿਜ ਸੇਤੀ ਕਰ ਜਾਤੀ। ਕੋਈ ਬਿਮਾਰ ਹੋਵੇ, ਢਿੱਲਾ ਮੱਠਾ ਹੋਵੇ, ਬਾਧਾ ਬੁੱਢਾ ਹੋਵੇ, ਬੱਚਾ ਹੋਵੇ, ਉਹਨੂੰ ਥੋੜ੍ਹੀ ਛੋੜ ਹੁੰਦੀ। ਤਿੰਨ ਤਰ੍ਹਾਂ ਦੀ ਸਾਡੇ ਉਸ ਮਹਾਂਪੁਰਸ਼ੀ ਬਾਬਾ ਸੁੰਦਰ ਦਾਸ ਕਹਿੰਦੇ ਤਿੰਨ ਤਰ੍ਹਾਂ ਦੀ ਥੋੜ੍ਹੀ ਜਿਹੀ ਛੋੜ ਮਿਲ ਜਾਂਦੀ। ਇੱਕ ਤਾਂ ਬਜ਼ੁਰਗ ਨੂੰ, ਬਿਰਧ ਨੂੰ, ਇੱਕ ਬੱਚੇ ਨੂੰ, ਇੱਕ ਬਿਮਾਰ ਨੂੰ। ਬਾਕੀਆਂ ਨੂੰ ਤੰਦਰੁਸਤ ਜਿਹੜੇ ਉਹ ਜ਼ਰੂਰ ਆਪਣਾ ਇਸ਼ਨਾਨ ਕਰਨ, ਨਾਮ ਜਪਣ, ਸੰਗਤ 'ਚ ਜੁੜਨ। ਚੁਸਤੀ ਫੁਰਤੀ ਆਉਂਦੀ ਹੈ, ਦਲਿੱਦਰ ਜਾਂਦਾ। ਬੀਬੀ ਉੱਤੇ ਦੇ ਰਹੀ ਸੀ ਨਾ ਕੰਬਲ ਖੇਤ, ਮੈਂ ਕਿਹਾ ਸੀ ਨਾਮ ਜਪਣ ਵਾਸਤੇ ਸੱਦਿਆ, ਅਤੇ ਇਹ ਨਿੱਘੇ ਕਰ ਕਰਕੇ ਕਹਿੰਦੀ ਸੌਂ ਜਾਓ। ਜਿਵੇਂ ਬੱਚੇ ਨੂੰ ਕਹੀਦਾ ਕੱਪੜਾ ਦੇ ਕੇ ਸੌਂ ਜਾ ਥਾਪੜ ਕੇ, ਅਸੀਂ ਤਾਂ ਜਗਾਉਣੇ ਹੈ ਨਾਮ ਜਪੋ, ਇਹ ਥਾਪੜਦੀ ਆਣ ਕੇ ਵੀ ਸੌਂ ਜਾਓ ਸੌਂ ਜਾਓ, ਆਹ ਲੈ ਲਓ ਰਜਾਈ ਕੰਬਲ। ਇਹੋ ਜਿਹੀ ਚੀਜ਼ ਇਹਦੇ ਨਾਲ ਸੁਸਤੀ ਪੈ ਜਾਂਦੀ, ਥੋੜ੍ਹੀ ਥੋੜ੍ਹੀ ਠੰਡ ਲੱਗਦੀ ਰਹੇ ਅਤੇ ਬੰਦਾ ਸਾਵਧਾਨ ਰਹਿੰਦਾ, ਜਾਗਦਾ ਰਹਿੰਦਾ। ਇੱਥੇ ਭਗਤੀ ਕਰਨੀ ਹੈ ਆਪਾਂ ਸਾਰੀ ਰਾਤ, ਜੀ ਗੁਰੂ ਸਾਹਿਬ ਕਰਾਉਣਗੇ। ਆਪ ਜਪਾਏ ਜਪੇ ਸੁਣਾਓ, ਜੇ ਉਹ ਮਿਹਰ ਕਰਨਗੇ ਆਪਾਂ ਜ਼ਰੂਰ ਭਗਤੀ ਕਰਾਂਗੇ, ਅਤੇ ਨਹੀਂ ਤਾਂ ਖਾ ਪੀ ਕੇ ਵੀ ਖਾਲੀ ਜਾ ਸਕਦੇ ਹਾਂ। ਇਹ ਹੁਣ ਤੀਰਥ ਕਹਿੰਦੇ 68 ਤੀਰਥ ਜੈ ਸਾਧ ਭਗਤ ਰੇ, ਤੈ ਬਖੁੰਠ ਜੈ ਨਾਮ ਉਚਰੇ, ਸਾਧ ਸੰਗਤ ਆਈ ਸਾਰੀ। ਇਹ ਹੁਣ ਤੀਰਥ ਬਣ ਗਿਆ, 68 ਤੀਰਥ ਬਣ ਗਿਆ, ਅਤੇ ਜਦੋਂ ਸਾਰੀ ਸੰਗਤ ਨਾਮ ਜਪੇਗੀ ਇਹ ਬਿਕੁੰਠ ਬਣ ਜਾਣਾ ਸੱਚਖੰਡ। ਗੁਰੂ ਸਾਹਿਬ ਕਹਿੰਦੇ ਆ, ਮੈਂ ਨਹੀਂ ਕਹਿ ਰਿਹਾ, ਇੱਥੇ ਬਿਕੁੰਠ ਬਣ ਜਾਣਾ ਸੱਚਖੰਡ। ਤੁਹਾਡਾ ਕਾਰੋਬਾਰ, ਜ਼ਮੀਨ, ਜਾਇਦਾਦ ਸਭ ਸਫਲ ਹੁੰਦੀ ਇਹ ਸਾਧ ਸੰਗਤਾਂ ਨਾਲ, ਮਹਾਂਪੁਰਸ਼ਾਂ ਨਾਲ, ਗੁਰੂ ਕੇ ਪਿਆਰਿਆਂ ਨਾਲ। ਅਤੇ ਸਾਰੇ ਵਾਰੀ ਵਾਰੀ ਇੱਕ ਇੱਕ ਸ਼ਬਦ ਦੀ ਹਾਜ਼ਰੀ ਭਰੋ। ਹੁਣ ਕਿੰਨਾ ਟਾਈਮ ਹੋ ਗਿਆ? ਆ 12:30, ਦੋ ਘੰਟਿਆਂ ਦਾ ਹੀ ਫਿਰ ਅਸੀਂ ਵਾਪਸ ਆ ਜਾਣਾ ਤੁਹਾਡੇ ਕੋਲ। ਉਹ ਫਿਰ ਅੰਮ੍ਰਿਤ ਵੇਲੇ ਦਾ ਕੀਰਤਨ ਹੋਏਗਾ, ਦਰਗਾਹੀ ਕੀਰਤਨ।
ਅਤੇ ਉਸ ਸਮੇਂ ਫਿਰ ਆਪਾਂ ਸਾਰੇ ਹਾਜ਼ਰੀਆਂ ਭਰਾਂਗੇ। ਹੁਣ ਲੰਗਰ ਪਾਣੀ, ਚਾਹ ਪਾਣੀ, ਜਿਹਨੇ ਕੋਈ ਇਸ਼ਨਾਨ ਸ਼ੁਰੂ ਕਰਨਾ ਜਾਂ ਕਿਸੇ ਤਰ੍ਹਾਂ ਆਪਣੇ ਉਹ 12 ਤੋਂ ਬਾਅਦ ਬਾਅਦ ਆਪਾਂ ਕਰ ਸਕਦੇ ਹਾਂ। ਨਾਲ ਨਾਲ ਇੱਥੇ ਹਾਜ਼ਰੀਆਂ ਭਰੀ ਜਾਓ, ਕੀਰਤਨ ਕਰੀ ਜਾਓ, ਨਾਲ ਨਾਲ ਤੀਰਥ ਨਾਵਾਂ ਜੇਤ ਸਪਾਵਾਂ ਬਿਨ ਪਾਣੀ ਕੇ ਨਾਏ ਖਰੀ। ਜੇ ਆਪਾਂ ਗੁਰੂ ਸਾਹਿਬ ਨੂੰ ਪਾ ਜਾਈਏ, ਜਿਹੋ ਜਿਹੇ ਵੀ ਆ ਮਾੜੇ ਚੰਗੇ ਗੁਰੂ ਦੇ ਦਰ 'ਤੇ ਪਾ ਜਾਈਏ, ਗੁਰੂ ਨੂੰ ਚੰਗੇ ਲੱਗੀਏ, ਇਹੀ ਭਗਤੀ ਜਪ ਤਪ ਕੰਮ ਆਏਗਾ। ਇਸ ਕਰਕੇ ਅਸੀਂ ਤਾੜਨਾ ਕਰਦੇ ਹਾਂ, ਜਿਹੜੇ ਸੰਗਤ ਛੱਡ ਕੇ ਭੱਜੇ ਆਉਣਾ ਉਹਨਾਂ ਨੂੰ ਉੱਧਰੋਂ ਲਾਭ ਨਹੀਂ ਮਿਲਣਾ, ਉਹ ਮਾਇਆ ਨੇ ਸੁੱਖ ਨਹੀਂ ਦੇਣਾ ਸਰੀਰ, ਉਹਨਾਂ ਹੀ ਘਰ ਵਿੱਚ ਹੋਰ ਕੁਝ ਆ ਜਾਂਦਾ ਹੈ। ਕਦੀ ਵੀ ਨਾ ਸੰਗਤ ਤੋਂ ਛੱਡ ਕੇ, ਅਸੀਂ ਕਹਿੰਦੇ ਹੁੰਦੇ ਰਹਿਣ ਸਬਾਈ ਕਰੋ, ਪਰ ਤੁਸੀਂ ਛੱਡ ਕੇ ਭੱਜਦੇ ਜੀ ਕੰਮਾਂ ਕਾਰਾਂ 'ਚ ਨਹੀਂ। ਸਾਰੇ ਜਥੇ ਕਹਿੰਦੇ ਹੁੰਦੇ ਆ ਸੰਤ ਮਹਾਂਪੁਰਸ਼ ਵੀ ਜੇ ਬਾਹਰ ਜਾਈਏ ਤਾਂ ਉਹਨਾਂ ਦੀ ਛੁੱਟੀ ਵਾਲੇ ਦਿਨ ਹੀ ਸੰਗਤ ਜੁੜਦੀ, ਅੱਗੇ ਪਿੱਛੇ ਨਹੀਂ ਜੁੜਦੀ। ਗੁਰਦੁਆਰਿਆਂ ਵਿੱਚ ਵੀ ਲੋਕ ਛੁੱਟੀ ਵਾਲੇ ਦਿਨ ਹੀ ਸਮਾਗਮ ਕਰਦੇ ਗਏ। ਮੈਂ ਕਹਿੰਦੀ ਅਸੀਂ ਤਾਂ ਲੋਕਾਂ ਨੂੰ ਦੱਸਣਾ ਹੈ ਕਿ ਛੁੱਟੀ ਵਾਲੇ ਦਿਨ ਨਹੀਂ ਛੁੱਟੀਆਂ ਕਰ ਲਵੋ, ਗੁਰੂ ਦੇ ਪਿੱਛੇ ਅਸੀਂ ਉੱਧਰੋਂ ਛੁੱਟੀਆਂ ਕਰਾਂਗੇ, ਪਤਾ ਨਹੀਂ ਕਿੰਨੇ ਛੁੱਟ ਜਾਣੇ ਦੁੱਖ ਤਕਲੀਫਾਂ, ਕਿੰਨੀਆਂ ਬਿਮਾਰੀਆਂ ਚਲੀਆਂ ਜਾਣੀਆਂ, ਕਿੰਨੇ ਸੁੱਖ ਘਰ ਦੇ ਵਿੱਚ ਪ੍ਰਵੇਸ਼ ਕਰ ਜਾਣੇ ਆ। ਗੁਰੂ ਇੱਕ ਇੱਕ ਚੀਜ਼ ਦੀ ਕੀਮਤ ਦਿੰਦਾ ਜਿਹੜਾ ਗੁਰੂ ਪਿੱਛੇ ਕਰਦਾ। ਗੁਰੂ ਦੇ ਪਿੱਛੇ ਸਮਾਂ ਦਿਓ, ਸੰਗਤ ਵਾਸਤੇ ਨਾਮ ਜਪੋ। ਸਾਰੇ ਵੀ ਜਿੰਨੇ ਵੀ ਆਸਟ੍ਰੇਲੀਆ ਵਾਲੇ, ਇੱਥੋਂ ਮੈਲਬੋਰਨ ਵਾਲੇ ਆ, ਸਾਰੇ ਦੂਰ ਵਾਲੇ ਵੀ ਆ ਜਾ ਕਰੋ ਜਹਾਜ਼ ਦੀਆਂ ਟਿਕਟਾਂ ਲੈ ਕੇ, ਅਤੇ ਇਸ ਗੁਰੂ ਨਾਨਕ ਸਾਹਿਬ ਵਾਸਤੇ ਕਰੋ, ਫਿਰ ਗੁਰੂ ਨਾਨਕ ਸਾਹਿਬ ਤੁਹਾਡੇ ਵਾਸਤੇ ਕਰਨਗੇ, ਤੁਹਾਡੇ ਇੰਤਜ਼ਾਮ ਕਰਨਗੇ ਸਾਰੇ। ਪਰ ਸਾਰੇ ਪੜ੍ਹਦੇ ਉਤਾਰਨਾ, ਨਹੀਂ ਸਰਨਾ ਨਹੀਂ ਸਰਨਾ, ਗੁਰਾਂ ਬਿਨਾਂ ਨਹੀਂ ਸਰਨਾ, ਨਹੀਂ ਸਰਨਾ ਨਹੀਂ ਸਰਨਾ, ਗੁਰਾਂ ਬਿਨਾਂ ਨਹੀਂ ਸਰਨਾ, ਨਹੀਂ ਸਰਨਾ ਨਹੀਂ ਸਰਨਾ, ਗੁਰੂ ਬਿਨਾਂ ਨਹੀਂ ਸਰਨਾ, ਗੁਰਾਂ ਦੀ ਲੋੜ ਹਰ ਵੇਲੇ ਹੈ, ਗੁਰਾਂ ਦੀ ਲੋੜ ਐਵੇਂ ਨਾ ਗੁਰਾਂ ਤੋਂ ਮੂੰਹ ਮੋੜ, ਐਵੇਂ ਨਾ ਗੁਰਾਂ ਤੋਂ ਕਰਦੇ ਕਰਦੇ ਬਾਜ
ਐਵੇਂ ਨਾ ਗੁਰਾ ਤੋਂ ਮੂਹ ਮੋਹ, ਐਵੇਂ ਨਾ ਗੁਰਾ ਤੋਂ ਮੂਹ ਮੋਹ। ਹਰ ਵੇਲੇ ਹੈ ਗੁਰਾਂ ਦੀ ਲੋੜ, ਹਰ ਵੇਲੇ ਹੈ ਗੁਰਾਂ ਦੀ ਲੋੜ, ਹਰ ਵੇਲੇ ਹੈ ਗੁਰਾਂ ਦੀ ਲੋੜ, ਹਰ ਵੇਲੇ ਹੈ ਗੁਰਾਂ ਦੀ ਲੋੜ। ਐਵੇਂ ਨਾ ਗੁਰਾਂ ਤੋਂ ਮੂਹ ਮੋਹ, ਐਵੇਂ ਨਾ ਗੁਰਾਂ ਤੋਂ ਮੂਹ ਮੋਹ, ਨਹੀਂ ਸਰਨਾ ਨਹੀਂ ਸਰਨਾ ਗੁਰਾਂ ਦੇ ਬਿਨਾਂ, ਨਹੀਂ ਸਰਨਾ ਨਹੀਂ ਸਰਨਾ ਨਹੀਂ ਸਰਨਾ ਗੁਰਾਂ ਬਿਨਾਂ, ਨਹੀਂ ਸਰਨਾ ਨਹੀਂ ਸਰਨਾ ਨਹੀਂ ਸਰਨਾ ਗੁਰਾਂ ਬਿਨਾਂ, ਨਹੀਂ ਸਰਨਾ ਨਹੀਂ ਸਰਨਾ ਨਹੀਂ ਸਰਨਾ ਗੁਰਾਂ ਬਿਨਾਂ, ਨਹੀਂ ਸਰਨਾ ਪੁੱਤ ਮੰਗਣੇ ਤੇ ਗੁਰਾਂ ਤੋਂ ਮੰਗਣੇ, ਪੁੱਤ ਮੰਗਣੇ ਤੇ ਗੁਰਾਂ ਤੋਂ ਮੰਗਣੇ, ਭਾਈ ਸੁੱਖ ਮੰਗਣੇ ਤੇ ਗੁਰਾਂ ਤੋਂ ਮੰਗਣੇ, ਸੁੱਖ ਮੰਗਣੇ ਤੇ ਗੁਰਾਂ ਤੋਂ ਮੰਗਣੇ, ਫਿਰ ਨਹੀਂ ਸਰਨਾ ਨਹੀਂ ਸਰਨਾ ਗੁਰਾਂ ਬਿਨਾਂ, ਨਹੀਂ ਸਰਨਾ ਨਹੀਂ ਸਰਨਾ ਨਹੀਂ ਸਰਨਾ ਗੁਰਾਂ ਬਿਨਾਂ, ਨਹੀਂ ਸਰਨਾ ਨਹੀਂ ਸਰਨਾ ਨਹੀਂ ਸਰਨਾ ਗੁਰਾਂ ਬਿਨਾਂ, ਨਹੀਂ ਸਰਨਾ ਨਹੀਂ ਸਰਨਾ ਨਹੀਂ ਸਰਨਾ ਗੁਰਾਂ ਬਿਨਾਂ, ਨਹੀਂ ਸਰਨਾ। ਪਰਦੇਸਾਂ ਵਿੱਚ ਕੋਈ ਭੈਣ ਨਾ ਭਾਈ, ਵਿੱਚ ਪਰਦੇਸਾਂ ਭੈਣ ਨਾ ਪਾਈ, ਪਰਦੇਸਾਂ ਭੈਣ ਨਾ ਪਾਈ ਕੋਈ, ਵਿੱਚ ਪਰਦੇਸਾਂ ਭੈਣ ਨਾ ਪਾਈ, ਇੱਥੇ ਰੱਬ ਨੇ ਤੇਰਾ ਹੋਣਾ ਹੈ ਸਹਾਈ, ਗੁਰਾਂ ਨੇ ਤੇਰਾ ਹੋਣਾ ਹੈ ਸਹਾਈ, ਤੇਰਾ ਹੋਣਾ ਹੈ ਸਹਾਈ, ਗੁਰਾਂ ਨੇ ਤੇਰਾ ਹੋਣਾ ਹੈ ਸਹਾਈ, ਉਹ ਵਿੱਚ ਪਰਦੇਸਾਂ ਬਾਪ ਨਾ ਮਾਈ, ਗੁਰਾਂ ਨੇ ਤੇਰਾ ਹੋਣਾ ਹੈ ਸਹਾਈ, ਪਰਦੇਸਾਂ ਬਾਪ ਨਾ ਮਾਈ, ਗੁਰਾਂ ਨੇ ਤੇਰਾ ਹੋਣਾ ਹੈ ਸਹਾਈ, ਓ ਨਹੀਂ ਓ ਸਰਨਾ ਨਹੀਂ ਸਰਨਾ ਗੁਰਾਂ ਬਿਨਾਂ, ਨਹੀਂ ਸਰਨਾ ਨਹੀਂ ਸਰਨਾ ਨਹੀਂ ਸਰਨਾ ਗੁਰਾਂ ਬਿਨਾਂ, ਨਹੀਂ ਸਰਨਾ ਨਹੀਂ ਸਰਨਾ ਨਹੀਂ ਸਰਨਾ ਗੁਰਾਂ ਬਿਨਾਂ, ਨਹੀਂ ਸਰਨਾ ਨਹੀਂ ਸਰਨਾ ਨਹੀਂ ਸਰਨਾ ਗੁਰਾਂ, ਗੁਰੂ ਛੱਡ ਕੇ ਕਿੱਥੇ ਜਾਵੇਗਾ, ਗੁਰੂ ਛੱਡ ਕੇ ਕਿੱਥੇ ਜਾਵੇਗਾ, ਗੁਰਾਂ ਤੋਂ ਬਿਨਾਂ ਕਿਵੇਂ ਦਾਤਾਂ ਪਾਵੇਗਾ, ਗੁਰਾਂ ਤੋਂ ਬਿਨਾਂ ਕਿਵੇਂ ਦਾਤਾਂ ਪਾਵੇਗਾ, ਭਾਈ ਗੁਰਾਂ ਨੂੰ ਛੱਡ ਕੇ ਕਿੱਥੇ ਜਾਵੇਗਾ, ਗੁਰਾਂ ਤੋਂ ਬਿਨਾਂ ਕਿਵੇਂ ਦਾਤਾ ਪਾਵੇਗਾ, ਛੱਡ ਕੇ ਕਿੱਥੇ ਜਾਵੇਗਾ, ਗੁਰਾਂ ਤੋਂ ਬਿਨਾਂ ਕਿਵੇਂ ਦਾਤਾ ਪਾਵੇਗਾ, ਤੇਰਾ ਨਹੀਂ ਉਹ ਸਰਨਾ ਨਹੀਂ ਸਰਨਾ ਗੁਰਾਂ ਤੋਂ ਬਿਨਾਂ, ਨਹੀਂ ਸਰਨਾ ਨਹੀਂ ਸਰਨਾ ਨਹੀਂ ਸਰਨਾ ਗੁਰਾਂ ਬਿਨਾਂ,
ਨਹੀਂ ਸਰਨਾ ਨਹੀਂ ਸਰਨਾ ਨਹੀਂ ਸਰਨਾ ਗੁਰਾਂ ਬਿਨਾ ਨਹੀਂ ਸਰਨਾ ਨਹੀਂ ਸਰਨਾ ਨਹੀਂ ਸਰਨਾ ਗੁਰਾਂ ਬਿਨਾ ਨਹੀਂ ਸਰਨਾ ਨਹੀਂ ਸਰਨਾ ਨਹੀਂ ਸਰਨਾ ਗੁਰਾਂ ਬਿਨਾ ਨਹੀਂ ਸਰਨਾ ਗੁਰੂ ਤੋਂ ਬਿਨਾ ਸਦਾ ਹੀ ਰੋਵੇਗਾ ਗੁਰਾਂ ਬਿਨਾ ਸਦਾ ਹੀ ਰੋਵੇਗਾ ਤੂੰ ਬਿਨਾ ਸਦਾ ਹੀ ਰੋਏਗਾ ਗੁਰੂ ਤੂੰ ਬਿਨਾ ਸਦਾ ਹੀ ਰੋਏਗਾ ਪਾਪ ਆਪਣੇ ਕਿਵੇਂ ਤੋਵੇਗਾ ਪਾਪ ਆਪਣੇ ਕਿਵੇਂ ਤੋਵੇਗਾ ਆਪਣੇ ਕਿਵੇਂ ਗੁਰੂ ਨੂੰ ਭੁੱਲ ਕੇ ਸਦਾ ਹੀ ਰੋਵੇਗਾ ਗੁਰੂ ਨੂੰ ਭੁੱਲ ਕੇ ਸਦਾ ਹੀ ਰੋਵੇਗਾ ਭੁੱਲ ਕੇ ਸਦਾ ਹੀ ਰੋਵੇਗਾ ਗੁਰੂ ਨੂੰ ਭੁੱਲ ਕੇ ਸਦਾ ਹੀ ਰੋਵੇਗਾ ਪਾਪ ਆਪਣੇ ਕਿਵੇਂ ਧੋਵੇਗਾ ਪਾਪ ਆਪਣੇ ਕਿਵੇਂ ਧੋਵੇਗਾ ਆਪਣੇ ਕਿਵੇਂ ਧੋਵੇਗਾ ਪਾਪ ਆਪਣੇ ਨਹੀਂ ਉਹ ਸਰਨਾ ਨਹੀਂ ਉਹ ਸਰਨਾ ਗੁਰਾਂ ਬਿਨਾ ਨਹੀਂ ਸਰਨਾ ਨਹੀਂ ਸਰਨਾ ਨਹੀਂ ਸਰਨਾ ਗੁਰਾਂ ਬਿਨਾ ਨਹੀਂ ਸਰਨਾ ਨਹੀਂ ਸਰਨਾ ਨਹੀਂ ਸਰਨਾ ਗੁਰਾਂ ਬਿਨਾ ਨਹੀਂ ਸਰਨਾ ਸਰਨਾ ਨਹੀਂ ਸਰਨਾ ਗੁਰਾਂ ਬਿਨਾ ਨਹੀਂ ਸਰਨਾ ਨਹੀਂ ਸਰਨਾ ਨਹੀਂ ਸਰਨਾ ਗੁਰਾਂ ਬਿਨਾ ਨਹੀਂ ਸਰਨਾ ਨਹੀਂ ਸਰਨਾ ਨਹੀਂ ਸਰਨਾ ਮਾਇਆ ਮਿਲ ਜਾਂਦੀ ਮਿਲਦੇ ਨਾ ਸੁੱਖ ਮਾਇਆ ਮਿਲਦੀ ਮਿਲਦੇ ਨਾ ਸੁੱਖ ਮਾਇਆ ਮਿਲਦੀ ਮਿਲਦੇ ਨਾ ਸੁੱਖ ਮਾਇਆ ਮਿਲਦੀ ਮਿਲਦੇ ਨਾ ਸੁੱਖ ਭਾਈ ਮਾਇਆ ਮਿਲਦੀ ਮਿਲਦੇ ਨਾ ਸੁੱਖ 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 ਗੁਰਾਂ ਨੂੰ ਭੁੱਲ ਕੇ ਆਉਂਦੇ ਬੜੇ ਦੁੱਖ ਗੁਰਾਂ ਨੂੰ ਭੁੱਲ ਕੇ ਆਉਂਦੇ ਬੜੇ ਦੁੱਖ ਭੁੱਲ ਕੇ ਆਉਂਦੇ ਬੜੇ ਦੁੱਖ ਗੁਰਾਂ ਨੂੰ ਭੁੱਲ ਕੇ ਆਉਂਦੇ ਬੜੇ ਦੁੱਖ ਐਵੇਂ ਨਾ ਗੁਰਾਂ ਤੋਂ ਹੋ ਤੂੰ ਬੇਮੁਖ ਐਵੇਂ ਨਾ ਗੁਰਾਂ ਤੋਂ ਹੋ ਤੂੰ ਬੇਮੁਖ ਐਵੇਂ ਨਾ ਗੁਰਾਂ ਤੋਂ ਹੋ ਬੇਮੁਖ ਐਵੇਂ ਨਾ ਗੁਰਾਂ ਤੋਂ ਹੈ ਉਹ ਬੇਮੁਖ ਬਣ ਜਾ ਪਿਆਰਾ ਗੁਰਾਂ ਦਾ ਸਿੱਖ ਬਣ ਜਾ ਪਿਆਰਾ ਗੁਰਾਂ ਦਾ ਸਿੱਖ ਨਹੀਂ ਸਰਨਾ ਨਹੀਂ ਸਰਨਾ ਗੁਰਾਂ ਬਿਨਾ ਨਹੀਂ ਸਰਨਾ 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 ਸਰਨਾ ਨਹੀਂ ਸਰਨਾ ਗੁਰਾਂ ਬਿਨਾ ਨਹੀਂ ਸਰਨਾ ਨਹੀਂ ਸਰਨਾ ਨਹੀਂ ਸਰਨਾ ਗੁਰੂ ਤੋਂ ਬਗੈਰ ਗੁਜ਼ਾਰਾ ਨਹੀਂ ਇਸ ਕਰਕੇ
ਗੁਰੂ ਵਾਸਤੇ ਸਾਧ ਸੰਗਤ ਵਾਸਤੇ ਸਮਾਂ ਕੱਢਣਾ। ਸਾਧ ਸੰਗਤ ਕਰਨ ਵਾਸਤੇ ਇੱਥੋਂ ਇੰਡੀਆ ਵੀ ਚੱਲ ਕੇ ਜਾਣਾ ਹੈ ਕਿ ਉੱਥੇ ਹਾਜ਼ਰੀ ਲਾਈਏ ਭੁੱਚੋ ਸਾਹਿਬ ਜਾ ਕੇ। ਸਾਰੀਆਂ ਦਾਤਾਂ ਬਾਬਾ ਜੀ ਨੇ ਸਾਨੂੰ ਦਿੱਤੀਆਂ ਹੈ, ਮਿਹਰਾਂ ਕਰਕੇ ਉਹਨਾਂ ਪ੍ਰਦੇਸ਼ਾਂ ਵਿੱਚ ਭੇਜਿਆ ਹੈ ਭਾਈ, ਇੱਥੇ ਫਿਰ ਉਹਨਾਂ ਨੇ ਸਹਾਈ ਹੋਣਾ ਹੈ। ਜਦੋਂ ਵੀ ਕੋਈ ਬੱਚਾ ਉੱਥੋਂ ਆਉਂਦਾ ਹੈ ਤਾਂ ਉਹਨਾਂ ਨੂੰ ਮਾਲਾ ਗੁਟਕਾ ਅਤੇ ਪ੍ਰਸ਼ਾਦ ਦੇਈਦਾ ਕਿ ਭਾਈ ਹੁਣ ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਣੁਹਾਂ ਨਾਮ ਤੇਰੇ ਸੰਗ ਸਹਾਈ। ਇੱਥੇ ਨਾਮ ਨਹੀਂ ਸਹਾਇਤਾ ਕਰਨੀ, ਘਰ ਵਿੱਚ ਆਸਣ ਬਾਬਾ ਜੀ ਦੀ ਜਗ੍ਹਾ ਬਣਾਓ, ਸੋਹਣੀ ਬਣਾਓ, ਵੱਡਾ ਘਰ ਵੱਡੀ ਬਣਾਓ, ਛੋਟਾ ਘਰ ਛੋਟੀ ਬਣਾ ਲਓ, ਬਾਬਾ ਜੀ ਦਾ ਆਸਣ ਲਾ ਕੇ ਰੱਖੋ ਅਤੇ ਅਰਦਾਸ ਕਰੋ, ਬੇਨਤੀ ਕਰੋ, ਭੋਗ ਵੀ ਲਵਾਓ। ਜੋ ਆਪ ਛਕੋ ਪਹਿਲੋਂ ਭੋਗ ਲਵਾਓ, ਪਾਠ ਕਰੋ, ਉੱਥੇ ਬਹਿ ਕੇ ਅਰਦਾਸ ਬੇਨਤੀ ਕਰੋ, ਪੂਜਾ ਕਰੋ, ਨਾਮ ਜਪੋ ਅਤੇ ਗੁਰੂ ਸਾਹਿਬ ਨੂੰ ਜੇ ਘਰਾਂ ਵਿੱਚ ਆਸਣ ਲਾਵਾਂਗੇ, ਉਹਨਾਂ ਦੀ ਜਗ੍ਹਾ ਬਣਾਵਾਂਗੇ ਅਤੇ ਸਾਡੇ ਅੰਦਰ ਹਿਰਦੇ ਘਰ ਵਿੱਚ ਵੀ ਉਹ ਬੈਠ ਜਾਣਗੇ, ਇੱਥੇ ਵੀ ਜਗ੍ਹਾ ਬਣ ਜਾਏਗੀ। ਮਹਾਂਪੁਰਸ਼ ਕਹਿੰਦੇ ਸੀ ਜਿਹੋ ਜਿਹੀਆਂ ਤੂੰ ਸੇਵਾ ਕਰਦਾ ਹੈ ਉਹੋ ਜਿਹੇ ਫਲ ਮਿਲਦੇ ਆ, ਜੋ ਜਿਹੋ ਜਿਹੀ ਸੇਵਾ ਕਰੇਗਾ ਉਹੋ ਜਿਹੇ ਫਲ ਮਿਲਣਗੇ। ਅਤੇ ਇਹ ਗੁਰੂ ਸਾਹਿਬ ਵਾਸਤੇ, ਬਾਬਾ ਜੀ ਦੀ ਸੰਗਤ ਵਾਸਤੇ ਕਦੀ ਨਹੀਂ ਛੱਡ ਕੇ ਜਾਣਾ। ਕਹਿੰਦੇ ਨੇ ਫਿਰ ਜਿਹੜੇ ਗੁਰੂ ਤੋਂ ਸੰਗਤ ਛੱਡ ਕੇ ਕੀਰਤਨ ਕਥਾ ਛੱਡ ਕੇ ਚਲੇ ਜਾਂਦੇ ਆ, ਨਾ ਤਾਂ ਅੱਗੇ ਕੰਮ ਦੇ ਕੰਮ ਆਉਂਦੇ ਆ ਅਤੇ ਗੁਰੂ ਤੋਂ ਵੀ ਪਿੱਛੇ ਪੈ ਜਾਂਦਾ ਹੈ। ਸਾਰੇ ਸਾਨੂੰ ਸਿਖਾਇਆ ਹੀ ਇਹ ਆ, ਸਾਧੂ ਸੰਗਤ ਨੇ ਸਿਖਾਇਆ ਹੀ ਇਹ ਆ ਕਿ ਨਾਮ ਜਪਣਾ ਹੈ, ਸੰਗਤ ਕਰਨੀ ਹੈ, ਕਦੀ ਵੀ ਸੰਗਤ ਨਹੀਂ ਛੱਡਣੀ, ਕਦੀ ਵੀ ਗੁਰੂ ਘਰ ਤੋਂ ਮੂੰਹ ਨਹੀਂ ਮੋੜਨਾ। ਇੱਕ ਘਾਟਮ ਦਾਸ ਮਹਾਂਪੁਰਸ਼ ਹੋਇਆ ਰਾਜਸਥਾਨ ਦੇ ਵਿੱਚ, ਉਹ ਪਹਿਲੋਂ ਘਾਟਮ ਸੀ, ਉਹ ਚੋਰੀਆਂ ਕਰਦਾ ਸੀ, ਉਹਨੇ ਚੋਰੀਆਂ ਕਰਨੀਆਂ, ਘਾਟਮ ਨੇ ਬੜਾ ਤਗੜਾ ਚੋਰ ਸੀ। ਕਿਤੇ ਮਹਾਂਪੁਰਸ਼ਾਂ ਦੀ ਸੁੱਖ ਸੁੱਖੀ ਕਿ ਮੈਂ ਚੋਰੀ ਵਿੱਚ ਨਫਾ ਹੋ ਜੇ, ਉਹਨੂੰ ਹੋ ਗਿਆ। ਮਹਾਂਪੁਰਖਾਂ ਕੋਲ ਲਿਆਇਆ, ਕਹਿੰਦਾ ਜੀ ਆਹ ਤੁਸੀਂ ਰੱਖ ਲਓ, ਮੈਂ ਤੁਹਾਡੀ ਸੁੱਖ ਸੁੱਖੀ ਸੀ, ਮੈਂ ਚੋਰੀ 'ਚ ਸਫਲ ਹੋਇਆ, ਇਹ ਤੁਸੀਂ। ਮਹਾਂਪੁਰਸ਼ ਕਹਿੰਦੇ ਅਸੀਂ ਚੋਰੀ ਦਾ ਮਾਲ ਲੈਂਦੇ ਨਹੀਂ, ਘਾਟਮ ਤੋਂ ਵੀ ਚੋਰੀਆਂ ਛੱਡ, ਅਸੀਂ ਚੋਰੀ ਵਾਲਾ ਮਾਲ ਨਹੀਂ ਲੈਂਦੇ। ਕਹਿੰਦਾ ਜੀ ਮੈਂ ਤੁਹਾਡੇ ਵਾਸਤੇ ਸੁੱਖਿਆ। ਕਹਿੰਦੇ ਤੂੰ ਵੀ ਚੋਰੀ ਛੱਡ। ਕਹਿੰਦਾ ਜੀ ਹੋਰ ਜੋ ਮਰਜ਼ੀ ਕਹੋ ਪਰ ਮੈਂ ਚੋਰੀ ਨਹੀਂ ਛੱਡ ਸਕਦਾ। ਉਹਨਾਂ ਨੇ ਬਹੁਤ ਬਚਨ ਸੁਣਾਏ ਵੀ ਚੋਰ ਦੀ ਹਾਮਾ ਗੁਰੂ ਪੀਰ ਨਹੀਂ ਭਰਦੇ, ਬਾਣੀ 'ਚ ਲਿਖਿਆ ਚੋਰ ਕੀ ਹਾਮਾ ਭਰੇ ਨਾ ਕੋਈ, ਚੋਰ ਸਲਾਹੇ ਚੀਤ ਨਾ ਭੀਜੇ, ਚੋਰ ਨਾਮ ਜਪੇ ਫਿਰ ਵੀ ਉਹਨੂੰ ਫਲ ਨਹੀਂ ਮਿਲਦਾ ਕਿਉਂਕਿ ਚੋਰੀਆਂ ਕਰਦਾ। ਬਹੁਤ ਸਿੱਖਿਆ ਦਿੱਤੀ, ਉਹ ਕਹਿੰਦਾ ਜੀ ਮੈਂ ਚੋਰੀ ਨਹੀਂ ਛੱਡ, ਮੇਰਾ ਗੁਜ਼ਾਰਾ ਹੀ, ਮੇਰਾ ਪਿਓ ਵੀ ਕਰਦਾ ਸੀ, ਦਾਦਾ ਵੀ ਕਰਦਾ ਸੀ, ਪੜਦਾਦਾ ਵੀ, ਸਾਡਾ ਤਾਂ ਜੱਦੀ ਪੁਸ਼ਤੀ ਕੰਮ ਹੈ। ਕਹਿੰਦੇ ਭਾਈ ਮਿਹਨਤ ਕਰਕੇ ਖਾਓ, ਕਿਉਂ ਚੋਰੀਆਂ ਕਰਦੇ ਜੇ। ਕਹਿੰਦਾ ਮਹਾਰਾਜ ਤੁਹਾਨੂੰ ਪਤਾ ਹੈ ਅਸੀਂ ਬਹੁਤ ਮਿਹਨਤ ਕਰਦੇ ਹਾਂ, ਸਾਰੀ ਰਾਤ ਜਾਗਦੇ ਹਾਂ, ਠੰਡ ਵਿੱਚ ਇੱਧਰ ਉੱਧਰ, ਬੜੀ ਮੁਸ਼ਕਲ ਨਾਲ ਚੋਰੀ ਕਰਕੇ, ਸਾਡੇ ਵਰਗੀ ਮਿਹਨਤ ਕੌਣ ਕਰਦਾ ਹੈ।
ਅਸੀਂ ਚੋਰੀ ਕਰਦੇ ਪੂਰੀ ਮਿਹਨਤ ਕਰਕੇ ਖਾਂਦੇ ਹਾਂ। ਸੰਤ ਕਹਿੰਦੇ ਨਹੀਂ, ਇਹ ਤਾਂ ਪਾਪ ਪਿੱਛੇ ਮਿਹਨਤ ਕੀਤੀ ਹੋਈ ਕੰਮ ਨਹੀਂ ਆਉਂਦੀ, ਇਹ ਤਾਂ ਚੋਰੀ ਕਿਸੇ ਦਾ ਮਾਲ ਜੋੜਿਆ ਉਹਨੇ, ਤੂੰ ਲੈ ਆਇਆ ਉਹ ਕਿੰਨਾ ਦੁਖੀ ਹੋਏਗਾ, ਕਿੰਨੀਆਂ ਵੱਧ ਸੀਸਾਂ ਦੇਗਾ। ਸੰਤਾਂ ਨੇ ਬੜਾ ਜ਼ੋਰ ਲਾਇਆ ਮਹਾਂਪੁਰਖਾਂ ਨੇ, ਸੰਗਤ ਕਰਨ ਲੱਗ ਪਿਆ। ਮਹਾਂਪੁਰਸ਼ ਉਹਨੂੰ ਕਹਿੰਦੇ ਚੋਰੀ ਛੱਡ, ਕਹਿੰਦਾ ਜੀ ਮੈਂ ਛੱਡ ਨਹੀਂ ਸਕਦਾ। ਹੁਣ ਸੰਤਾਂ ਨੇ ਤਾਰਨਾ ਸੀ, ਕਹਿੰਦੇ ਫਿਰ ਸਾਡੇ ਦੋ ਬਚਨ ਪੱਲੇ ਬਣ ਲਾ। ਇੱਕ ਤਾਂ ਸਾਡਾ ਬਚਨ ਇਹ ਆ ਕਿ ਝੂਠ ਨਾ ਬੋਲੀ, ਚੋਰੀ ਤੂੰ ਕਰੀ ਜਾ, ਇਹ ਬਚਨ ਪੱਲੇ ਬਣ ਲਾ ਵੀ ਸੱਤ ਬੋਲਣਾ, ਝੂਠ ਨਹੀਂ ਬੋਲਣਾ। ਦੂਸਰਾ ਬਚਨ ਇਹ, ਜਿੱਥੇ ਕੋਈ ਗੁਰੂ ਪੀਰ ਮਹਾਂਪੁਰਸ਼ ਨਾਮ ਜਪਦੇ ਹੋਣ, ਗੁਰਦੁਆਰਾ ਹੋਵੇ, ਉੱਥੇ ਮੱਥਾ ਜ਼ਰੂਰ ਟੇਕਣਾ। ਦੋ ਕੰਮ ਕਰਨੇ ਆ, ਜਿੱਥੇ ਮੰਦਰ ਹੋਵੇ ਉੱਥੇ ਮੱਥਾ ਟੇਕਣਾ ਹੈ, ਸੰਗਤ ਲੱਗੀ ਹੋਵੇ ਉੱਥੇ ਜ਼ਰੂਰ ਮੱਥਾ ਟੇਕਣਾ ਹੈ, ਫਿਰ ਗੁਰੂ ਤੋਂ ਬੇਮੁੱਖ ਹੋ ਜਾਈਦਾ ਜੇ ਮੂੰਹ ਮੋੜੀਏ ਸੰਗਤ ਤੋਂ। ਅਤੇ ਦੂਸਰਾ ਸੱਤ ਬੋਲਣਾ ਹੈ। ਤੀਸਰਾ, ਜਿਹੜੀ ਚੰਗੀ ਵਧੀਆ ਚੀਜ਼ ਮਿਲੇ ਚੋਰੀ ਦੇ ਤੈਨੂੰ, ਉਹ ਰੱਬ ਦੇ ਨਾਂ ਦੀ ਕੱਢੀ, ਉਹਨੂੰ ਰੱਬ ਦੇ ਲੇਖੇ ਲਾਈ, ਤੈਨੂੰ ਉਹਦਾ ਫਲ ਬਹੁਤ ਮਿਲੇਗਾ। ਇਹ ਬਚਨ ਦੇਤੇ ਸੰਤਾਂ ਨੇ। ਉਹਨੇ ਕਿਹਾ ਵੀ ਰਾਜੇ ਦੀ ਚੋਰੀ ਕਰੀਏ, ਹੁਣ ਸੰਤ ਵੀ ਨਾਲ ਹੋ ਗਏ ਮੇਰੇ, ਮੇਰਾ ਪਰਦਾ ਰੱਖਣਗੇ, ਮੇਰੀ ਪੈ ਰੱਖਣਗੇ, ਮੈਂ ਸੰਤਾਂ ਦਾ ਬਚਨ ਮੰਨਾਂਗਾ, ਸੰਤ ਮੇਰੇ ਨਾਲ ਜ਼ਰੂਰ ਰਹਿਣਗੇ। ਰਾਜੇ ਵਾਲੇ ਪਾਸੇ ਮੂੰਹ ਕਰ ਲਿਆ ਚੋਰੀ ਕਰਨ ਦਾ। ਰਾਜੇ ਦੇ ਕੋਲ ਬਹੁਤ ਅਮੋਲਕ ਘੋੜੇ ਸਨ ਤਿੰਨ ਚਾਰ, ਜਿਨ੍ਹਾਂ ਤੋਂ ਸਭ ਤੋਂ ਮਹਿੰਗਾ ਕਾਲਾ ਘੋੜਾ ਸੀ, ਉਹਦੀ ਕੀਮਤ ਨਹੀਂ ਕੋਈ ਦੇ ਸਕਦਾ ਸੀ। ਕਹਿੰਦਾ ਉਹ ਚੋਰੀ ਕਰਕੇ ਲੈ ਕੇ ਆਈ। ਜਦੋਂ ਗਿਆ ਨਾ, ਅੱਗੇ ਦਰਵਾਜ਼ੇ ਦੇ ਸਿਪਾਹੀ ਖੜ੍ਹੇ ਸੀ, ਪਹਿਰੇਦਾਰ ਖੜ੍ਹੇ ਸੀ, ਸਕਿਉਰਟੀ ਸੀ। ਉਹਨਾਂ ਪੁੱਛਿਆ ਤੂੰ ਕੌਣ ਹੈ? ਕਹਿੰਦਾ ਮੈਂ ਚੋਰ ਹਾਂ, ਕੱਪੜੇ ਵਧੀਆ ਪਾਏ ਸੀ, ਮੈਂ ਚੋਰ ਹਾਂ, ਕਿਹਨੂੰ ਮਿਲਣਾ? ਕਹਿੰਦਾ ਮੈਂ ਚੋਰੀ ਕਰਨੀ ਹੈ। ਉਹਨਾਂ ਕਿਹਾ ਵੀ ਹੇ ਕੋਈ ਰਾਜੇ ਦਾ ਖਾਸ ਬੰਦਾ ਹੈ ਅਤੇ ਸਾਡੇ ਨਾਲ ਗੁੱਸਾ ਕਰ ਗਿਆ, ਮੈਨੂੰ ਪੁੱਛਿਆ ਕਿਉਂ? ਇਹ ਰਾਜੇ ਨੂੰ ਮਿਲਣ ਚੱਲਿਆ, ਰਾਜਾ ਕਿਤੇ ਸਾਡੀ ਕਲਾਸ ਨਾ ਲਾਏ, ਜਾਣ ਦਿਓ ਇਹਨੂੰ। ਚਲਾ ਗਿਆ ਅੰਦਰ। ਅੰਦਰ ਜਾ ਕੇ ਜਿਹੜਾ ਰਾਜੇ ਦਾ ਵਧੀਆ ਘੋੜਾ ਸੀ ਨਾ ਕਾਲਾ ਜਿਹੜਾ, ਉਹ ਲੈ ਲਿਆ, ਲੈ ਕੇ ਕਾਠੀ ਪਾਲੀ ਅਤੇ ਉੱਤੇ ਬੈਠ ਗਿਆ। ਬਾਹਰ ਆਇਆ, ਫਿਰ ਉਹਨਾਂ ਪੁੱਛਿਆ ਵੀ ਇਹ ਰਾਜੇ ਦਾ ਘੋੜਾ ਕਿੱਥੇ ਲੈ ਚੱਲੇ? ਕਹਿੰਦਾ ਮੈਂ ਚੋਰੀ ਕਰਕੇ ਲੈ ਚੱਲੇ ਹਾਂ, ਮੈਨੂੰ ਵੇਚਣਾ ਜਾ ਕੇ, ਮੈਂ ਇਹਦਾ ਧਨ ਖੱਟਣਾ ਹੈ। ਕਹਿੰਦੇ ਭਾਈ ਇਹ ਬਾਹਤਾ ਹੀ ਗੁੱਸਾ ਮੰਨਦਾ ਹੈ, ਰਾਜੇ ਨੇ ਆਪ ਦਿੱਤਾ ਇਹਨੂੰ ਖੁਸ਼ ਹੋ ਕੇ, ਬੜਾ ਕੋਈ ਖਾਸ ਮੰਨਦਾ ਹੈ। ਦਿਮਾਗ ਫੇਰਤਾ ਮਹਾਂਪੁਰਖਾਂ ਦੀ ਬਚਨਾਂ ਨੇ। ਘੋੜਾ ਲੈ ਕੇ ਚਲਾ ਗਿਆ। ਜਦੋਂ ਲੈ ਕੇ ਗਿਆ ਤਾਂ ਰਾਜੇ ਨੇ ਸੁਨੇਹਾ ਭੇਜਿਆ, ਭਾਈ ਘੋੜਾ ਤਿਆਰ ਕਰੋ ਕਾਲਾ, ਆਪਾਂ ਬਾਹਰ ਜਾਣਾ ਸ਼ਿਕਾਰ ਖੇਡਣ। ਉਹ ਜਦੋਂ ਕਿਹਾ ਤਾਂ ਅੱਗੇ ਕਹਿੰਦੇ ਜੀ ਘੋੜਾ ਤਾਂ ਹੈ ਨਹੀਂ ਉੱਥੇ ਤਬੇਲੇ 'ਚ। ਪੁੱਛਿਆ ਸਕਿਉਰਟੀ ਵਾਲਿਆਂ ਨੂੰ ਵੀ ਘੋੜਾ ਕਿੱਧਰ ਗਿਆ? ਕਹਿੰਦੇ ਇੱਕ ਬੰਦਾ ਇੱਥੋਂ ਘੋੜੇ 'ਤੇ ਚੜ੍ਹ ਕੇ ਗਿਆ। ਅਤੇ ਕਹਿੰਦੇ ਤੁਸੀਂ ਜਾਣ ਕਿਉਂ ਦਿੱਤਾ? ਕਹਿੰਦੇ ਜੀ ਅਸੀਂ ਘਬਰਾ ਗਏ ਵੀ ਰਾਜੇ ਦਾ ਖਾਸ ਬੰਦਾ, ਰਾਜੇ ਨੇ ਆਪ ਦਿੱਤਾ। ਉਹ ਕਹੀ ਜਾਂਦਾ ਸੀ ਆਪਣੀ ਜ਼ਬਾਨੋਂ ਮੈਂ ਚੋਰ ਹਾਂ, ਮੈਂ ਚੋਰੀ ਕਰਨ ਵਾਸਤੇ ਆਇਆ, ਮੈਂ ਘੋੜਾ ਚੋਰੀ ਕਰਕੇ ਲੈ ਕੇ ਚੱਲਿਆ ਵਿੱਚ। ਕਹਿੰਦੇ ਬੋਲਦਾ ਵੀ ਸਭ ਕੁਛ ਸੱਚ ਸੀ। ਕਹਿੰਦੇ ਤੁਸੀਂ ਫੜਿਆ ਕਿਉਂ ਨਹੀਂ? ਕਹਿੰਦੇ ਬਸ ਅਸੀਂ ਡਰ ਗਏ। ਰਾਜਾ ਕਹਿੰਦਾ ਹੁਣ ਜਾਓ ਪਿੱਛੇ, ਪੁਲਿਸ ਲਾ ਦੀ, ਜਾਓ ਜਿੱਥੇ ਵੀ ਹੈਗਾ ਘੇਰ ਕੇ ਲਿਆਓ। ਉਹ ਜਦੋਂ ਵਾਪਸ ਜਾ ਰਿਹਾ ਸੀ ਅਤੇ ਹੁਣ ਅੱਗੇ ਮੰਦਰ ਆ ਗਿਆ,
ਉਹਨੇ ਕਿਹਾ ਵੀ ਮੰਦਰ 'ਚ ਮੱਥਾ ਟੇਕੀਏ, ਇਹ ਸਹੀ ਸੱਚੀ ਸਾਖੀ ਹੈ ਰਾਜਸਥਾਨ ਦੀ ਹੈ। ਘਾਟਮ ਦਾਸ ਦੇ ਨਾਂ 'ਤੇ ਉਹ ਮਹਾਤਮਾ ਹੋਏ ਆ। ਉਹ ਜਦੋਂ ਮੰਦਰ ਦੇ ਵਿੱਚ ਮੱਥਾ ਘੋੜਾ ਬਣ ਕੇ ਮੱਥਾ ਟੇਕਣ ਗਿਆ, ਪਿੱਛੇ ਪੁਲਿਸ ਚਲੀ ਗਈ, ਕਹਿੰਦੇ ਆਹ ਘੋੜਾ ਹੈ ਪਰ ਘੋੜੇ ਦਾ ਰੰਗ ਬਦਲ ਗਿਆ, ਜਿਵੇਂ ਬਾਬਾ ਬਿਧੀ ਚੰਦ ਵੇਲੇ ਮੱਝਾਂ ਦੇ ਰੰਗ ਬਦਲ ਗਏ ਸੀ ਸਾਰੀਆਂ ਦੇ, ਚੋਰੀ ਕਰਕੇ ਲਿਆਏ ਸੀ ਅਤੇ ਨਾਮ ਜਪਣ ਲੱਗੇ ਸੀ, ਸਾਧੂ ਸੰਗਤ ਕਰਨ ਲੱਗੇ, ਉਹਨਾਂ ਦੇ ਰੰਗ ਬਦਲ ਗਏ ਮੱਝਾਂ ਦੇ, ਫਿਰ ਬਾਬਾ ਜੀ ਬਿਧੀ ਚੰਦ ਜੀ ਮਹਾਂਪੁਰਖ ਬਣੇ ਸੀ। ਇਵੇਂ ਇਹ ਘਾਟਮ ਜਿਹੜਾ ਸੀ ਇਹਦੇ ਘੋੜੇ ਦਾ ਰੰਗ ਬਦਲ ਗਿਆ। ਉਹ ਕਹਿਣ ਵੀ ਘੋੜਾ ਤਾਂ ਇਹ ਸ਼ਗਲ ਉਹ ਹੀ ਹੈ, ਨੈਣ ਨਕਸ਼ ਹੋਣੇ ਪਰ ਰੰਗ ਬਦਲਿਆ ਹੋਇਆ। ਉਸ ਘੋੜੇ ਨੂੰ ਚੈੱਕ ਕਰ ਰਹੇ ਸੀ, ਉਹਨਾਂ ਨੇ ਇੱਕ ਤਿਲ ਵੇਖਿਆ ਜਿਹੜਾ ਘੋੜੇ ਦੇ ਕੰਨ ਵਿੱਚ ਸੀ, ਨਿਸ਼ਾਨੀ ਸੀ, ਉਹ ਵੀ ਉਸੇ ਤਰ੍ਹਾਂ ਸੀ। ਉਹ ਖੜ੍ਹ ਕੇ ਜਦੋਂ ਮੱਥਾ ਟੇਕ ਕੇ ਆਇਆ, ਉਹਨਾਂ ਨੇ ਕਿਹਾ ਭਾਈ ਇਹ ਘੋੜਾ ਕਹਿੰਦਾ ਹੈ ਰਾਜੇ ਦਾ? ਕਹਿੰਦੇ ਹਾਂ ਰਾਜੇ ਦਾ ਹੈ। ਕਾਹਦੇ ਲਿਆਇਆ? ਮੈਂ ਚੋਰੀ ਕਰਕੇ ਲਿਆਇਆ। ਕਹਿਣ ਲੱਗਾ ਵੀ ਤੂੰ ਚੋਰੀ ਕਰਕੇ ਲਿਆਇਆ, ਰਾਜੇ ਦਾ ਘੋੜਾ ਹੈ ਅਤੇ ਪਰ ਇਹਦਾ ਰੰਗ ਕਿਵੇਂ ਬਦਲਿਆ? ਕਹਿੰਦੇ ਰੰਗ ਬਦਲਿਆ ਭਗਵਾਨ ਨੇ, ਪ੍ਰਭੂ ਨੇ, ਜਿਹਦੇ ਮੈਂ ਦਰਸ਼ਨ ਕਰਕੇ ਆਇਆ, ਜਿਹਦੇ ਮੈਂ ਸੰਤਾਂ ਦਾ ਬਚਨ ਮੰਨ ਕੇ ਹਾਜ਼ਰੀ ਲਵਾ ਕੇ ਆਇਆ ਨਾ ਭਗਵਾਨ ਕੋਲ, ਉਹਨੇ ਇਸ ਦਾ ਰੰਗ ਬਦਲਿਆ। ਘੋੜਾ ਕਹਿੰਦੇ ਘੋੜਾ ਰਾਜੇ ਦੇ ਸੱਚ ਬੋਲ ਰਿਹਾ। ਸੱਚ ਬੋਲਣ ਦਾ ਪਹਿਲੋਂ ਚੋਰੀ ਕਰਨ 'ਚ ਕਾਮਯਾਬ ਹੋਇਆ, ਹੁਣ ਸੱਚ ਬੋਲਣ 'ਚ ਰਾਜੇ ਕੋਲ ਲੈ ਗਏ ਉਹਨੂੰ ਫੜ ਕੇ, ਘੋੜਾ ਵੀ ਲੈ ਗਏ। ਰਾਜੇ ਨੇ ਪੁੱਛਿਆ ਵੀ ਤੂੰ ਘੋੜਾ ਚੋਰੀ ਕੀਤਾ ਜੀ? ਮੈਂ ਕੀਤਾ ਹੈ। ਕਹਿੰਦੇ ਮੈਨੂੰ ਇਹ ਦੱਸ ਇਹਦਾ ਰੰਗ ਕਿਵੇਂ ਬਦਲਿਆ? ਕਹਿੰਦੇ ਰੰਗ ਤਾਂ ਇਹਦਾ ਬਦਲਿਆ ਭਗਵਾਨ ਨੇ, ਪ੍ਰਭੂ ਨੇ, ਮੈਂ ਉਹ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਸੀ, ਉਹਨਾਂ ਮੈਨੂੰ ਕਿਹਾ ਸੀ ਸੱਚ ਬੋਲਣਾ ਹੈ, ਮੈਂ ਸੱਚ ਬੋਲ ਕੇ ਘੋੜਾ ਲੈ ਕੇ ਗਿਆ, ਸੱਚ ਇਹਨਾਂ ਨੂੰ ਬੋਲਿਆ ਭਾਵੇਂ ਰੰਗ ਬਦਲ ਗਿਆ। ਕਹਿੰਦਾ ਵੀ ਤੂੰ ਬੰਦਾ ਬੜਾ ਸੱਚਾ ਹੈ। ਅਤੇ ਰਾਜਾ ਕਹਿੰਦਾ ਹੁਣ ਮੈਂ ਤੈਨੂੰ ਆਪਣਾ ਵਜ਼ੀਰ ਬਣਾਉਣਾ, ਵਜ਼ੀਰੀ ਦੇਣੀ ਹੈ। ਉਹਨੇ ਕਿਹਾ ਮੈਨੂੰ ਵਜ਼ੀਰੀਆਂ ਦੀ ਕਿਸੇ ਚੀਜ਼ ਦੀ ਲੋੜ ਨਹੀਂ। ਕਹਿਣ ਲੱਗੇ ਨਹੀਂ। ਉਹਨੇ ਜਦੋਂ ਕਰਾਮਾਤ ਵੇਖੀ ਕਿ ਰਾਜਾ ਵੀ ਕੋਈ ਨਹੀਂ ਕਹਿ ਰਿਹਾ, ਪੁਲਿਸ ਵਾਲੇ ਪਹਿਰੇਦਾਰਾਂ ਵੀ ਨਹੀਂ ਕੁਝ ਕਿਹਾ, ਉਹਨੇ ਕਿਹਾ ਤੂੰ ਰਾਜ ਭਾਗ ਵਜ਼ੀਰੀ ਕਰ। ਚੁਣ ਲੱਗ ਗਿਆ ਰਾਜੇ ਦੇ ਨਾਲ, ਪਰ ਮਨ ਉਹਦਾ ਬਣ ਗਿਆ ਕਿ ਮੈਂ ਹੁਣ ਰੱਬ ਦੀ ਭਗਤੀ ਕਰਾਂਗਾ। ਰਾਜੇ ਨੇ ਕਿਹਾ ਚੱਲ ਤੂੰ ਵਜ਼ੀਰ ਨਹੀਂ ਬਣਨਾ ਇੱਥੇ, ਪਰ ਮੇਰਾ ਗੁਰੂ ਬਣ ਜਾ, ਮੈਂ ਤੈਨੂੰ ਆਪਣਾ ਗੁਰੂ ਬਣਾਉਣਾ, ਰਾਜ ਭਾਗ ਵਿੱਚ ਤੈਨੂੰ ਆਪਣਾ ਗੁਰੂ ਬਣਾ ਕੇ ਰੱਖਣਾ। ਰਾਜੇ ਨੇ ਉਹਨੂੰ ਰਾਜਗੁਰੂ ਬਣਾ ਲਿਆ। ਹੁਣ ਰਾਜਗੁਰੂ ਵਾਸਤੇ ਮਹਿਲ ਵੀ ਨੇ, ਰਾਜਗੁਰੂ ਵਾਸਤੇ ਧਨ ਵੀ ਬਹੁਤ ਹੈ, ਰਾਜਗੁਰੂ ਤੋਂ ਰਾਜਾ ਪੁੱਛ ਕੇ ਚੱਲਦਾ, ਮੱਥੇ ਟੇਕਦਾ। ਉਹ ਰਾਜਗੁਰੂ ਬਣ ਗਿਆ। ਜਦੋਂ ਰਾਜਗੁਰੂ ਬਣ ਗਿਆ ਤਾਂ ਰਾਜਾ ਵੀ ਬਣਦਾ, ਵਜ਼ੀਰ ਵੀ ਬਣਦੇ ਆ। ਉਹਨੇ ਆਪਣੇ ਬੱਚਿਆਂ ਨੂੰ ਵੀ ਸਭ ਨੂੰ ਇਸ ਪਾਸੇ ਲਾ ਲਿਆ। ਫਿਰ ਉਹ ਬਣ ਗਿਆ ਘਾਟਮ ਦਾਸ, ਰਾਜੇ ਦਾ ਗੁਰੂ, ਮਹਾਂਪੁਰਖ। ਇਵੇਂ ਗੁਰੂ ਪੈਜ ਰੱਖਦਾ ਜੇ ਬਚਨ ਮੰਨੀਏ। ਜੇ ਕੋ ਬਚਨ ਕਮਾਵੇ ਸੰਤਨ ਕਾ ਗੁਰਪ੍ਰਸਾਦੀ ਤਰੀਏ, ਉਹਦੇ ਬਚਨਾਂ ਨੇ ਉਹਨੂੰ ਚੋਰੀ ਦੇ ਵਿੱਚ ਫਾਹਾ ਨਹੀਂ ਪੈਣ ਦਿੱਤਾ, ਉਹਦੇ ਬਚਨਾਂ ਨੇ ਘੋੜੇ ਦੇ ਰੰਗ ਬਦਲੇ। ਚੋਰ ਹੁੰਦਿਆਂ ਹੀ ਰਾਜੇ ਦਾ ਗੁਰੂ ਬਣ ਗਿਆ, ਚੋਰ ਸਜ਼ਾ ਨਹੀਂ ਦਿੱਤੀ, ਉਲਟਾ ਰਾਜੇ ਦਾ ਗੁਰੂ ਬਣ ਗਿਆ।
ਬਚਨ ਮੰਨਣ ਦਾ ਲਾਭ ਹੈ। ਜੇ ਬਚਨ ਛੱਡ ਦਿਆਂਗੇ ਤਾਂ ਸਭ ਕੁਝ ਨਿਕਲ ਜਾਏਗਾ। ਸਾਡਾ ਇੱਕੋ ਹੀ ਹੈ ਵੀ ਸੰਗਤ ਕਰੋ, ਰਹਿਣ ਸਬਾਈ ਕਰੋ, ਨਾਮ ਜਪੋ, ਦਿਨੇ ਸਾਰਾ ਦਿਨ ਸਮੋ। ਜਦੋਂ ਅਸੀਂ ਆਵੋ ਪੂਰੀਆਂ 4 ਦਿਨ 5 ਦਿਨ 6 ਦਿਨ ਇੱਥੇ ਟਾਈਮ ਤਾਂ ਦਿਨ ਤਾਂ ਆਪਾਂ 4 ਹੀ ਰੱਖੇ ਆ, 5 ਵੀ ਲੱਗ ਸਕਦੇ ਹਾਂ, 5 ਕੁ ਦਿਨ ਹੀ ਲਾਉਣੇ ਆ। ਇਸ ਕਰਕੇ 5 ਦਿਨ ਜਿਹੜੇ ਆ ਉਹ ਗੁਰੂ ਨਾਨਕ ਦੇ ਖਾਤੇ ਵਿੱਚ ਲਿਖ ਦਿਓ ਅਤੇ ਤੁਹਾਡੇ ਇਹ ਦਰਗਾਹ 'ਚ ਲਿਖੇ ਜਾਣੇ। ਆਖੋ ਜੀ, ਰਾਜੇ ਨੂੰ ਜਿਵੇਂ ਕੋਠੀ ਦਿੱਤੀ ਮਹਾਂਪੁਰਖਾਂ ਨੇ, ਦਰਗਾਹ 'ਚ ਬਣ ਗਈ। ਇਹ ਜਿਹੜਾ ਸਮਾਂ ਦਿੱਤਾ ਹੋਇਆ ਗੁਰੂ ਦੀ ਸੰਗਤ ਦੇ ਵਿੱਚ ਸੇਵਾ ਵਿੱਚ, ਇਹ ਸਮਾਂ ਦਰਗਾਹ ਵਿੱਚ ਲਿਖਿਆ ਜਾਣਾ ਹੈ। ਇੱਥੇ ਹੁਣ ਆਪਣਾ ਬਾਬਾ ਜੀ ਦਾ ਅਸਥਾਨ, ਜਗ੍ਹਾ ਵੀ ਇਹਨਾਂ ਦੀ, ਬਣਾਉਣਾ ਵੀ ਇਹਨਾਂ ਨੇ ਅਤੇ ਸੇਵਾਦਾਰ ਵੀ ਇਹ, ਸਾਨੂੰ ਬੰਦੇ ਨਹੀਂ ਛੱਡਣੇ ਪੈਣੇ, ਸਾਰਾ ਕੁਝ ਇਹੀ ਕਰਨਗੇ। ਅਤੇ ਆਪਾਂ ਤਾਂ ਜਦੋਂ ਆਵਾਂ ਕਰਾਂਗੇ ਆ ਕੇ ਬਸ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ, ਆ ਕੇ ਤਾਂ ਗੁਰੂ ਦੇ ਜਕਾਰੇ ਹੀ ਛੱਡਦੇ ਹਾਂ, ਨਾਮ ਹੀ ਜਪਣਾ ਸੰਗਤ ਨੇ। ਅਤੇ ਇਹਨਾਂ ਦੇ ਘਰ ਸਾਧ ਸੰਗਤ ਦੇ ਆਉਣ ਦਾ ਅਸਥਾਨ ਬਣ ਜਾਏਗਾ। ਕਹਿੰਦੇ ਗੁਰੂ ਸਾਹਿਬ ਭਾਈ ਗੁਰਦਾਸ ਕਹਿੰਦੇ ਜਿਹੜਾ ਸਾਧ ਸੰਗਤ ਦਾ ਸਥਾਨ ਹੈ ਉਹ ਸਿੱਧਾ ਨਿਰੰਕਾਰ ਦਾ ਘਰ ਹੈ। ਸਾਧ ਸੰਗਤ ਸਥਾਨ ਜਗਮਗ ਨੂਰ ਹੈ, ਕਹਿੰਦੇ ਰੱਬ ਦਾ ਬਿਲਕੁਲ ਜਾਗਦਾ ਨੂਰ ਹੈ ਸਾਧ ਸੰਗਤ ਦਾ ਸਥਾਨ। ਸੰਤ ਭਵਨ ਬਣਾਵੋ। ਇੱਕ ਉੱਥੇ ਹਜ਼ੂਰ ਸਾਹਿਬ ਆਏ, ਕਹਿੰਦੇ ਜੀ ਮੈਂ ਬਾਬਾ ਆਨੰਦ ਸਿੰਘ ਦੇ ਨਾਂ 'ਤੇ ਦਸਵੰਧ ਕੱਢਿਆ ਹੋਇਆ। ਅਸੀਂ ਕਿਹਾ ਕਿੰਨਾ ਕੁ? ਕਹਿੰਦੇ 10 ਕਰੋੜ 12 ਕਰੋੜ ਹੈਗਾ ਹੈ, ਵੱਧ ਵੀ ਲਾ ਦਿਆਂਗੇ। 2 ਮੇਰੀਆਂ ਸ਼ਾਦੀਆਂ, ਦੋਨਾਂ ਘਰ ਵਾਲੀਆਂ ਨੂੰ, ਬੱਚਿਆਂ ਨੂੰ ਮੈਂ ਸਭ ਕੁਝ ਦੇਤਾ ਹੈ। ਮੈਂ ਹੁਣ ਬਾਬੇ ਆਨੰਦ ਸਿੰਘ ਦਾ ਹੋ ਗਿਆ, ਮੈਂ ਇੱਥੇ ਬਾਬੇ ਆਨੰਦ ਸਿੰਘ ਦਾ। ਫਿਰ ਅਸੀਂ ਉਹਨਾਂ ਨੂੰ ਜਗ੍ਹਾ ਦਵਾਈ ਉੱਥੇ 5 ਕਰੋੜ ਦੀ। ਫਿਰ ਉਹਨਾਂ ਨੇ 10 ਕਰੋੜ ਉੱਪਰ ਲਾ ਕੇ ਹਜ਼ੂਰ ਸਾਹਿਬ ਬਾਬਾ ਆਨੰਦ ਸਿੰਘ ਸੰਤ ਆਸ਼ਰਮ ਨਾਮ ਜਪਦਿਆਂ ਬਣਾਇਆ, ਬਾਣੀ ਪੜ੍ਹਦਿਆਂ ਬਹੁਤ ਸੁੰਦਰ ਸਥਾਨ ਬਣਿਆ ਹੋਇਆ ਹੈ। ਬਾਬਾ ਆਨੰਦ ਸਿੰਘ ਨੇ ਉੱਥੇ ਭਗਤੀ ਕੀਤੀ ਸੀ। ਇਹ ਸਾਧ ਸੰਗਤ ਸਥਾਨ ਜਦੋਂ ਗੁਰਦੁਆਰਾ ਉਹ ਸਾਰਾ ਪੂਰਾ ਬਣ ਗਿਆ, ਕੰਪਲੀਟ ਹੋ ਗਿਆ, ਉਹ ਰਾਤੀ 12:30 ਵਜੇ ਉੱਠ ਕੇ ਭਗਤੀ ਕਰਦੇ ਸੀ। ਬਾਹਰੋਂ ਇੰਗਲੈਂਡ ਦੇ ਵਿੱਚੋਂ ਆਏ ਸੀ, 12:30 ਵਜੇ ਉੱਠ ਕੇ ਭਗਤੀ ਕਰਨੀ ਸਵੇਰ ਤੱਕ, ਫਿਰ ਸਾਰਾ ਦਿਨ ਬਾਣੀ ਸੁਣਨੀ, ਸੇਵਾ ਕਰਨੀ। ਜਦੋਂ ਬਣ ਗਿਆ ਸਾਰਾ ਕੁਝ, ਬਾਬਾ ਆਨੰਦ ਸਿੰਘ ਦਾ ਆਸਣ ਲਾ ਤਾ, 10 ਗੁਰੂਆਂ ਦਾ ਲਾ ਤਾ, ਸਾਹਿਬਜ਼ਾਦਿਆਂ ਦਾ ਲਾ ਤਾ, ਉਸਨ ਦੇ ਵਿੱਚ ਸਾਰਿਆਂ ਦੇ ਆਸਣ ਲਾ ਤੇ। ਬਾਬਾ ਆਨੰਦ ਸਿੰਘ ਤੋਂ ਮੰਗਦੇ ਸੀ ਸਾਰਾ ਕੁਝ, ਬਾਬਾ ਆਨੰਦ ਸਿੰਘ ਨੂੰ ਮੁੱਖ ਸਮਝਦੇ ਸੀ। ਬਾਬਾ ਆਨੰਦ ਸਿੰਘ ਦੇ ਚਰਨਾਂ 'ਚ ਭਗਤੀ ਕਰਦੇ ਕਰਦੇ ਸੇਵਾ ਜਦੋਂ ਪੂਰੀ ਹੋ ਗਈ ਅਤੇ ਬਾਬਾ ਆਨੰਦ ਸਿੰਘ ਦੇ ਚਰਨਾਂ ਵਿੱਚੋਂ ਬਾਹ ਫੜ ਕੇ ਦਰਗਾਹ ਵਿੱਚ ਲੈ ਗਏ। ਆਖੋ ਸੀ, ਮੱਥਾ ਟੇਕਿਆ, ਭਗਤੀ ਕੀਤੀ, 12 ਤੋਂ ਲੈ ਕੇ ਸਮਾਪਤੀ ਹੋ ਗਈ ਦਿਨ ਤੱਕ। ਅਤੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਦਰਗਾਹ ਦੇ ਮਾਲਕ ਨੇ, ਜਿਹਨੂੰ ਚਾਹੁਣ ਉਹਨੂੰ ਦਰਗਾਹ 'ਚ ਪਾਰ ਕਰ ਸਕਦੇ ਆ, ਰੱਬ ਦੀ ਸ਼ਕਤੀ। ਬਾਬਾ ਮਹਾਰਨਾਮ ਸਿੰਘ ਜੀ ਭੁੱਚੋ ਵਾਲੇ, ਬਾਬਾ ਆਨੰਦ ਸਿੰਘ ਜੀ ਉਹ ਬਾਹੋਂ ਫੜ ਕੇ ਸੱਚਖੰਡ 'ਚ ਲੈ ਜਾਂਦੇ ਆ। ਅਬ ਸੱਚਖੰਡ ਦੀਆਂ ਕੁੰਜੀਆਂ ਮਹਾਂਪੁਰਖਾਂ ਦੇ ਹੱਥ ਨੇ। ਹੁਣ ਕੀਰਤਨ ਜੁੜੋ, ਸੰਗਤ ਧੰਨ ਗੁਰੂ ਨਾਨਕ।